ਬਾਬਾ ਦਾ ਜਨਮ ਦਿਨ 23 ਫਰਵਰੀ ਨੂੰ ਹੁੰਦਾ ਆ। ਉਸ ਤਹਿਤ ਸਤਿਗੁਰੂ ਮਾਤਾ ਸੁਦੇਸ਼ਾ ਜੀ ਦੇ ਹਦਾਇਤਾਂ ਅਨੁਸਾਰ ਅੱਜ 25 ਫਰਵਰੀ ਨੂੰ ਅਸੀਂ ਸਫਾਈ ਅਭਿਆਨ ਦਾ ਟੀਚਾ ਲਿਖਿਆ, ਜਿਸ ਦਾ ਨਾਂ ਪ੍ਰੋਜੈਕਟ ਅੰਮ੍ਰਿਤ ਰੱਖਿਆ ਗਿਆ ਹੈ। ਮਨ ਨੂੰ ਸਕੂਨ ਮਿਲਦਾ ਹੈ ਜਦੋਂ ਸਾਰੇ ਅਸੀਂ ਇਕੱਤਰ ਹੋ ਕੇ ਸੇਵਾ ਕਰਦੇ ਹਾਂ। ਕਿਉਂਕਿ ਸਾਨੂੰ ਸਤਿਗੁਰੂ ਮਾਤਾ ਜੀ ਨੇ ਇਸ ਆਦੇਸ਼ ਦਿੱਤਾ ਆ ਕਿ ਮਨ ਦੀ ਸਫਾਈ ਵੀ ਰੱਖਣੀ ਹੈ ਅਤੇ ਨਾਲ ਨਾਲ ਜਿਹੜੀ ਜਲ ਦੀ ਵੀ ਸਫਾਈ ਰੱਖਣੀ ਹੈ। ਜਲ ਹੀ ਜੀਵਨ ਹੈ, ਸਤਸੰਗ ਜੀ ਜਲ ਆ ਅਤੇ ਕੱਲ੍ਹ ਆ। ਜੇ ਅਸੀਂ ਜਲ ਨੂੰ ਸਾਫ਼ ਕਰਾਂਗੇ, ਜਲ ਨਾਲ ਹੀ ਸਾਡਾ ਜੀਵਨ ਅੱਗੇ ਵਧੇਗਾ। ਸਾਡੀਆਂ ਜੋ ਆਉਣ ਵਾਲੀਆਂ ਪੀੜ੍ਹੀਆਂ ਆ ਸਤਸੰਗ ਜੀ ਤਦੇ ਰਹਿਣਗੀਆਂ ਠੀਕ ਠਾਕ ਸਵੱਸਥ, ਜੇ ਅਸੀਂ ਜਲ ਨੂੰ ਠੀਕ ਰੱਖਾਂਗੇ ਤਾਂ। ਪਾਣੀ ਬਹੁਤ ਦੂਰ ਜਾ ਰਹੇ ਹਨ, ਪਾਣੀ ਥੱਲੇ ਜਾ ਰਹੇ ਹਨ, ਇਸ ਨੂੰ ਉਸਦੀ ਦੇਖਭਾਲ ਵੀ ਕਰਨੀ ਹੈ, ਅਸੀਂ ਇਸਦੀ ਸੰਭਾਲ ਵੀ ਕਰਨੀ ਹੈ। ਪਹਿਲਾਂ ਅਸੀਂ ਹੋਸਪਿਟਲਾਂ ਵਿੱਚ ਸਫਾਈ ਕਰਦੇ ਸਨ, ਰੇਲਵੇ ਸਟੇਸ਼ਨਾਂ ਵਿੱਚ ਸਫਾਈ ਕਰਦੇ ਸਨ। ਅਤੇ ਪੈਗੰਬਰ ਸਤਿਗੁਰੂ ਮਾਤਾ ਜੀ ਨੇ ਕਿਹਾ ਹੈ ਕਿ ਅਸੀਂ ਜਲ ਨੂੰ ਵੀ ਸਾਫ਼ ਸੁਥਰਾ ਰੱਖਣਾ ਹੈ। ਇਹਨਾਂ ਤੋਂ ਬਾਕੀ ਵੀ ਲੋਕਾਂ ਨੂੰ ਇਹ ਸੇਧ ਲੈਣੀ ਚਾਹੀਦੀ ਆ, ਜੋ ਚੀਜ਼ ਜੋ ਕ੍ਰਾਈਟੀਰੀਆ ਇਹਨਾਂ ਨੇ ਅਪਣਾਇਆ ਉਹਨੂੰ ਅਪਣਾਉਣਾ ਚਾਹੀਦਾ, ਜਿਹੜਾ ਸਾਡਾ ਸਮਾਜ ਆ ਉਹ ਬੁਲੰਦੀਆਂ 'ਤੇ ਜਾ ਸਕਦਾ ਹੈ। ਉੱਥੇ ਕਿਸੇ ਦਾ ਵੀ ਜਨਮ ਦਿਨ ਹੁੰਦਾ ਆ, ਕਿਸੇ ਦੀ ਵਿਆਹ ਦੀ ਸਾਲਗਿਰਾ ਹੁੰਦੀ, ਉੱਥੇ ਇਕੱਠੇ ਹੀ ਸਾਰੇ ਮਨਾਉਂਦੇ ਆ। ਉੱਥੇ ਇਹ ਨਹੀਂ ਵੀ ਘਰਾਂ ਵਿੱਚ ਜਾਂ ਇੱਕ ਦੋ ਪਰਿਵਾਰ ਨਹੀਂ, ਸਾਰਿਆਂ ਨੂੰ ਇੱਕ ਪਰਿਵਾਰ ਸਮਝਿਆ ਜਾਂਦਾ ਆ ਅਤੇ ਆਪਣੀਆਂ ਜਿਹੜੀਆਂ ਖੁਸ਼ੀਆਂ ਇੱਕ ਦੂਜੇ ਨਾਲ ਜ਼ਾਹਿਰ ਕੀਤੀਆਂ ਜਾਂਦੀਆਂ। ਨੋਰਮਲੀ ਰੂਟੀਨ ਅਸੀਂ ਜਦੋਂ ਬ੍ਰਸ਼ ਵੀ ਕਰਦੇ ਹਾਂ ਤਾਂ ਸਾਡੀ ਟੈਪ ਚੱਲਦੀ ਰਹਿੰਦੀ ਹੈ ਜਿੰਨੀ ਦੇਰ ਚੱਲਦਾ ਰਹਿੰਦਾ ਆ, ਅਤੇ ਜੇ ਅਸੀਂ ਕੱਪੜੇ ਵੀ ਧੋਂਦੇ ਹਾਂ ਤਾਂ ਸਾਡੀ ਟੈਪ ਉੰਨੀ ਦੇਰ ਚੱਲਦੀ ਰਹਿੰਦੀ ਹੈ। ਅਸੀਂ ਧਿਆਨ 'ਚ ਰੱਖਣਾ ਹੈ ਕਿ ਜਿੰਨੀ ਸਾਨੂੰ ਪਾਣੀ ਦੀ ਜ਼ਰੂਰਤ ਹੈ ਅਸੀਂ ਓਨਾ ਹੀ ਯੂਜ ਕਰੀਏ। ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਕੰਮ ਨਹਿਰੀ ਵਿਭਾਗ ਦਾ? ਨਹਿਰੀ ਵਿਭਾਗ ਜੀ ਸਰ ਕਰ ਰਿਹਾ ਆ, ਪਰ ਵਿੱਚੋਂ ਗੰਦ ਮੰਦ ਬਹੁਤ ਆ ਰਿਹਾ, ਉਹ ਸਾਰਾ ਹੀ ਹੁਣ ਜਮ੍ਹਾਂ ਹੋ ਜਾਂਦਾ ਕੱਢਣਾ। ਤੁਹਾਨੂੰ ਪਤਾ ਮਨਰੇਗਾ ਸਕੀਮ ਅਧੀਨ ਹੁੰਦਾ, ਮਹਿਕਮੇ ਦੇ ਕੋਲ ਇੰਪਲਾਈਜ਼ ਹੈ ਨਹੀਂ ਗੇ ਹੁਣ ਇਸ ਟਾਈਮ 'ਤੇ। ਵਧੀਆ ਚਲ ਕਦਮ ਹੈ ਜੀ ਜਿਹੜਾ ਇਹਨਾਂ ਦਾ ਸਫਾਈ ਦਾ ਕੀਤਾ। ਬਾਕੀ ਲੋਕਾਂ ਨੂੰ, ਆਪਾਂ ਨੂੰ, ਸਮਾਜ ਸਾਰਿਆਂ ਨੂੰ ਵਿੱਚ ਗੰਦ ਮੰਦ ਨਹੀਂ ਸੁੱਟਣਾ ਚਾਹੀਦਾ ਨਹਿਰਾਂ ਦੇ ਵਿੱਚ। ਪੰਜਾਬ ਲਾਈਵ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਸੁੱਖਾ ਬਸ਼ਰ। ਦੋਸਤੋ ਤੁਹਾਨੂੰ ਦੱਸ ਦਈਏ ਕਿ ਅੱਜ ਹਰਦੇਵ ਸਿੰਘ ਮਹਾਰਾਜ ਉਹਨਾਂ ਦਾ ਜਿਹੜਾ ਆ ਜਨਮ ਦਿਨ ਮਨਾਇਆ ਜਾ ਰਿਹਾ, ਉਹ ਜਨਮ ਦਿਨ ਨੂੰ ਮਨਾਉਣ ਦਾ ਤਰੀਕਾ ਕੀ ਹੈ?
ਜਿਹੜਾ ਨਿਰੰਕਾਰੀ ਮਿਸ਼ਨ ਚੱਲ ਰਿਹਾ, ਨਿਰੰਕਾਰੀ ਮਿਸ਼ਨ ਦੇ ਵਿੱਚ ਕੈਮਰਾਮੈਨ ਸਾਹਿਬ ਪਹਿਲਾਂ ਤਾਂ ਇੱਕ ਝਾਤ ਮਰਾਓ, ਸਾਰਿਆਂ ਨੂੰ ਦਿਖਾਈਏ ਕਿ ਕੀ ਹੋ ਰਿਹਾ। ਜਿਹੜਾ ਇੱਕ ਜਨਮ ਦਿਨ ਮਨਾਉਣ ਦਾ ਤਰੀਕਾ ਆ ਉਹ ਬੜਾ ਅਲੱਗ ਤਰ੍ਹਾਂ ਦਾ ਜਿਹੜਾ ਇਸ ਮਿਸ਼ਨ ਦੇ ਵੱਲੋਂ ਕੀਤਾ ਜਾ ਰਿਹਾ, ਕਿਉਂਕਿ ਦੇਖੋ ਜਨਮ ਦਿਨ ਸਾਰੇ ਹੀ ਮਨਾਉਂਦੇ ਨੇ, ਕਿਸੇ ਨੇ ਕੇਕ ਕੱਟ ਲਿਆ, ਕਿਸੇ ਨੇ ਕਲਾਕਾਰ ਲਾ ਲਿਆ, ਕਿਸੇ ਨੇ ਕੁਛ ਕਰ ਲਿਆ, ਪਰ ਇਹ ਜਿਹੜਾ ਜਨਮ ਦਿਨ ਹੈ ਕੁਛ ਅਲੱਗ ਤਰੀਕੇ ਨਾਲ ਮਨਾਇਆ ਜਾ ਰਿਹਾ। ਇਹਦੇ ਵਿੱਚ ਕੀ ਕੀਤਾ ਜਾ ਰਿਹਾ ਕਿ ਜਿਹੜੇ ਹਰਦੇਵ ਸਿੰਘ ਜੀ ਮਹਾਰਾਜ ਨੇ ਉਹਨਾਂ ਦੇ ਜਨਮ ਦਿਨ ਨੂੰ ਜਿਹੜਾ ਮੁੱਖ ਰੱਖਦਿਆਂ ਹੋਇਆ ਪੂਰੇ ਨਿਰੰਕਾਰੀ ਜਿੰਨੇ ਵੀ ਦੁਨੀਆ ਦੇ ਵਿੱਚ ਨਿਰੰਕਾਰੀ ਵੱਸਦੇ ਨੇ ਉਹਨਾਂ ਨੇ ਇੱਕ ਸਫਾਈ ਅਭਿਆਨ ਜਿਹੜਾ ਸ਼ੁਰੂ ਕੀਤਾ ਹੈ। ਤੁਸੀਂ ਦੇਖ ਸਕਦੇ ਹੋ ਇਸ ਵੇਲੇ ਆਪਾਂ ਨਕੋਦਰ ਦੇ ਵਿੱਚ ਖੜ੍ਹੇ ਹਾਂ, ਨਕੋਦਰ ਤੋਂ ਜਿਹੜੀਆਂ ਨਹਿਰਾਂ ਨੇ ਉਹਨਾਂ ਦੀ ਸਫਾਈ ਕੀਤੀ ਜਾ ਰਹੀ ਹੈ। ਅਤੇ ਇਹਦੇ ਨਾਲ ਨਾਲ ਜੇ ਗੱਲ ਕਰੀਏ ਮੇਰੇ ਹਿਸਾਬ ਨਾਲ ਦਿੱਲੀ ਦੀ ਜਿਹੜੀ ਜਿੰਨੀ ਵੀ ਪਬਲਿਕ ਹੈ ਨਿਰੰਕਾਰੀ ਨਾਲ ਜੁੜੀ ਹੋਈ ਉਹ ਵੀ ਸਾਰੇ ਅੱਜ ਸਫਾਈ ਅਭਿਆਨ ਦੇ ਵਿੱਚ ਮਸ਼ਰੂਫ ਨੇ। ਅਤੇ ਯਮੁਨਾ ਨਦੀ ਦੀ ਗੱਲ ਕਰੀਏ, ਯਮੁਨਾ ਨਦੀ ਨੂੰ ਵੀ ਬਿਲਕੁਲ ਸਾਫ਼ ਕੀਤਾ ਜਾ ਰਿਹਾ ਔਰ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੋਰ ਕੀ ਕੀਤਾ ਜਾ ਰਿਹਾ ਅੱਜ ਇਸ ਖਾਸ ਜਨਮ ਦਿਨ 'ਤੇ। ਪੂਰੀ ਦੁਨੀਆ ਵਿੱਚ ਵੱਸਦੇ ਨਿਰੰਕਾਰੀਆਂ ਲਈ ਅੱਜ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਕਿ ਇਹ ਦੁਨੀਆ ਦੇ ਵਿੱਚ ਇੱਕ ਮੈਨੂੰ ਲੱਗਦਾ ਵੱਖਰੀ ਮਿਸਾਲ ਹੋਏਗੀ ਜਦੋਂ ਕਿਸੇ ਜਨਮ ਦਿਨ 'ਤੇ ਇੱਕ ਸਫਾਈ ਦਾ ਅਭਿਆਨ ਸ਼ੁਰੂ ਕੀਤਾ ਗਿਆ। ਅਤੇ ਸਾਡੇ ਨਾਲ ਮਾਣਯੋਗ ਸ਼ਖਸੀਅਤਾਂ ਮੌਜੂਦ ਨੇ, ਇਹਨਾਂ ਦਾ ਨਾਮ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਗੁਰਦਿਆਲ ਭਾਟੀਆ, ਸੰਯੋਜਕ ਬ੍ਰਾਂਚ ਨਕੋਦਰ। ਸਰ, ਕੀ ਅੱਜ ਦਾ ਜਿਹੜਾ ਪੂਰਾ ਇਹ ਸਿਚੁਏਸ਼ਨ ਹੈਗੀ ਹੈ ਇਹਦੇ ਬਾਰੇ ਥੋੜ੍ਹਾ ਚਾਨਣਾ ਪਾਓ ਜੀ। ਅੱਜ ਅਸੀਂ ਸਾਰੇ ਹੀ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਦੇ ਸੰਬੰਧ ਵਿੱਚ ਸਫਾਈ ਅਭਿਆਨ ਵਿੱਚ ਇਕੱਤਰ ਹੋਏ ਹਾਂ। ਬਾਬਾ ਦਾ ਜਨਮ ਦਿਨ 23 ਫਰਵਰੀ ਨੂੰ ਹੁੰਦਾ ਆ, ਉਸ ਤਹਿਤ ਸਤਿਗੁਰੂ ਮਾਤਾ ਸੁਦੀਸ਼ਾ ਜੀ ਦੇ ਹਦਾਇਤਾਂ ਅਨੁਸਾਰ ਅੱਜ 25 ਫਰਵਰੀ ਨੂੰ ਅਸੀਂ ਸਫਾਈ ਅਭਿਆਨ ਦਾ ਟੀਚਾ ਲਿਖਿਆ, ਜਿਸ ਦਾ ਨਾਂ ਪ੍ਰੋਜੈਕਟ ਅੰਮ੍ਰਿਤ ਰੱਖਿਆ ਗਿਆ ਹੈ। ਉਸੇ ਤਹਿਤ ਜਿਤਨੇ ਵੀ ਪਾਣੀ ਦੇ ਸਰੋਤ ਹਨ, ਨਹਿਰਾਂ ਹਨ, ਨਾਲੇ ਹਨ, ਹੋਰ ਯਮੁਨਾ ਦਾ ਕਿਨਾਰੇ ਹਨ, ਜਿਤਨੇ ਵੀ ਪਾਣੀ ਦੇ ਸਰੋਤ ਹਨ ਉਹਨਾਂ ਨੂੰ ਸਫਾਈ ਅਭਿਆਨ ਸਾਡੇ ਨਿਰੰਕਾਰੀ ਮਿਸ਼ਨ ਦੇ ਵਿੱਚ ਨਿਰੰਕਾਰੀ ਮਿਸ਼ਨ ਦੇ ਪੈਰੋਕਾਰ ਇਕੱਠੇ ਹੋ ਕੇ ਸਾਰੇ ਸਫਾਈ ਕਰ ਰਹੇ ਹਨ। ਉਹਦਾ ਟੀਚਾ ਜੋ ਹੈ ਕਿ ਸਵੱਛ ਜਲ ਸਭ ਨੂੰ ਮਿਲੇ, ਸਵੱਛ ਜਲ ਮਿਲੇਗਾ ਤਾਂ ਮਨ ਵੀ ਸਵੱਛ ਰਹੇਗਾ। ਇਸ ਤਹਿਤ ਜੋ ਪ੍ਰੋਜੈਕਟ ਅੰਮ੍ਰਿਤ ਦਾ ਨਾਂ ਦਿੱਤਾ ਗਿਆ ਉਸ ਤਹਿਤ ਅਸੀਂ ਨਕੋਦਰ ਬ੍ਰਾਂਚ ਦੇ ਜਿਤਨੇ ਵੀ ਸੇਵਾਦਾਰ ਮਹਾਤਮਾ, ਮਹਿਤਪੁਰ ਦੇ ਸੇਵਾਦਾਰ ਮਹਾਤਮਾ, ਸੰਗਤ ਦੇ ਮੈਂਬਰ ਇਕੱਤਰ ਹੋ ਕੇ ਅੱਜ ਅਸੀਂ ਇਹ ਨਹਿਰ ਦੀ ਸਫਾਈ ਕਰ ਰਹੇ ਹਾਂ। ਸਰ, ਦੇਖ ਰਿਹਾ ਮੈਂ ਇੱਥੇ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਆ ਸੇਵਾਦਾਰ ਲੱਗੇ ਹੋਏ ਆ, ਅਤੇ ਕਿੰਨੇ ਕੁ ਵਜੇ ਤੋਂ ਤੁਸੀਂ ਸ਼ੁਰੂ ਕੀਤਾ ਜੀ? ਅਸੀਂ ਇਸ ਪ੍ਰੋਗਰਾਮ ਸਾਡਾ 9 ਤੋਂ ਲੈ ਕੇ 12 ਵਜੇ ਤੱਕ ਚੱਲਣਾ, ਪਰ ਸਾਨੂੰ ਉਮੀਦ ਹੈ ਕਿ ਉਸ ਤੋਂ ਪਹਿਲਾਂ ਹੀ ਅਸੀਂ ਇਹ ਸਾਰੀ ਨਹਿਰ ਦੀ ਸਫਾਈ ਹੋ ਜਾਵੇਗੀ, ਕਿਉਂਕਿ ਬਹੁਤ ਸਾਰੇ ਮੈਂਬਰ ਸੇਵਾਦਾਰ ਦੇ ਸੰਗਤ ਦੇ ਇਕੱਤਰ ਹੋ ਕੇ ਸਾਰੇ ਜਣੇ ਸਫਾਈ ਕਰ ਰਹੇ। ਜਿਸ ਹਿਸਾਬ ਨਾਲ ਸੇਵਾ ਕਰ ਰਹੇ ਨੇ ਉਸ ਹਿਸਾਬ ਨਾਲ ਤਾਂ ਮੈਨੂੰ ਲੱਗਦਾ ਵੀ ਹੱਦ ਘੰਟੇ ਦੇ ਵਿੱਚ ਤੁਸੀਂ ਫ੍ਰੀ ਹੋ ਜਾਣਾ ਜੀ। ਘੰਟੇ ਕੇ ਹੋ ਜਾਣਾ ਜੀ, ਬਾਕੀ ਆਲਾ ਦੁਆਲਾ ਨੈਸ਼ਨਲ ਕਾਲਜ ਦੀ ਸਫਾਈ ਇਹ ਵੀ ਸਾਰਾ ਕੁਝ ਕਰਕੇ ਅੱਜ ਸੰਗਤ ਦੇ ਮੈਂਬਰ ਅੱਜ ਜਾਣਗੇ ਸਾਰਾ ਕਰਕੇ। ਤੁਹਾਡਾ ਪ੍ਰਸ਼ਾਸਨ ਵੱਲੋਂ ਕਿੱਦਾਂ ਦਾ ਸਾਥ ਦਿੱਤਾ ਜਾ ਰਿਹਾ ਜੀ? ਪ੍ਰਸ਼ਾਸਨ ਵੱਲੋਂ ਸਾਨੂੰ ਕਮੇਟੀ ਘਰ ਵੱਲੋਂ ਟਰਾਲੀ ਮੰਗੀ ਸੀ, ਉਹਨਾਂ ਨੇ ਟਰਾਲੀ ਸਾਨੂੰ ਦੇ ਦਿੱਤੀ ਆ। ਬਾਕੀ ਪੁਲਿਸ ਸਟੇਸ਼ਨ ਕਿਹਾ ਸੀ ਕੋਈ ਆਇਆ ਤਾਂ ਹੈ ਨਹੀਂ ਸਿਕਿਉਰਿਟੀ ਵਾਸਤੇ, ਅਤੇ ਬਾਕੀ ਨਕਾਰ ਰਾਖਾ ਸਾਡਾ ਜੀ ਨਾਲ ਸੰਗਤ ਦੇ ਮੈਂਬਰ ਸਹਿਯੋਗ ਕਰ ਰਹੇ ਆ, ਅਤੇ ਜੋ ਹੋਵੇਗਾ ਵਧੀਆ ਹੀ ਹੋਵੇਗਾ ਜੀ। ਸੰਗਤਾਂ ਵੱਲੋਂ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਜਿੱਦਾਂ ਇਹ ਸੇਵਾ ਕਰ ਰਹੇ ਹਾਂ, ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਸਾਡੇ ਮਨ ਨੂੰ ਸਕੂਨ ਮਿਲਦਾ ਹੈ ਜਦੋਂ ਸਾਰੇ ਅਸੀਂ ਇਕੱਤਰ ਹੋ ਕੇ ਸੇਵਾ ਕਰਦੇ ਹਾਂ। ਸੇਵਾ ਗੁਰੂ ਦੇ ਹੁਕਮ ਅਨੁਸਾਰ ਕਰ ਰਹੇ ਹਾਂ, ਜਦੋਂ ਗੁਰੂ ਦਾ ਹੁਕਮ ਅਨੁਸਾਰ ਸੇਵਾ ਕਰਦੇ ਹਾਂ ਮਨ ਨੂੰ ਸਕੂਨ ਵੀ ਮਿਲਦਾ ਹੈ, ਚੈਨ ਵੀ ਆਉਂਦਾ ਆ, ਅਤੇ ਇਸ ਦਾ ਫਾਇਦਾ ਵੀ ਮਿਲਦਾ ਹੈ ਕਿ ਤਨ ਮਨ ਧਨ ਦੇ ਜਿਹੜੇ ਸੁੱਖ ਆ ਉਹ ਨਿਰੰਕਾਰ ਪ੍ਰਭੂ ਸਾਰੇ ਹੀ ਆਪਣੇ ਸੰਤਾਂ ਭਗਤਾਂ ਨੂੰ ਦਿੰਦਾ ਹੈ। ਕੀ ਕਹਿਣਾ ਚਾਹੋਗੇ ਜੀ ਜਿਹੜੇ ਆਪਾਂ ਨੂੰ ਲਾਈਵ ਦੇਖ ਰਹੇ ਨੇ, ਜਿੰਨੇ ਵੀ ਦੁਨੀਆ ਦੇ ਲੋਕ ਆਪਾਂ ਨੂੰ ਲਾਈਵ ਦੇਖ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਇਹੋ ਹੀ ਕਹਿੰਦੇ ਹਾਂ ਕਿ ਜੋ
ਪ੍ਰੋਜੈਕਟ ਅੰਮ੍ਰਿਤ ਅੱਜ ਸਤਿਗੁਰੂ ਮਾਤਾ ਸੁਦੇਸ਼ਾ ਜੀ ਨੇ ਮਹਾਰਾਜ ਸਾਡੇ ਕੋਲ ਸ਼ੁਰੂ ਕਰਵਾਇਆ। ਇਹ ਪਿਛਲੇ ਸਾਲ ਵੀ ਕੀਤਾ ਗਿਆ ਸੀਗਾ, ਬਾਬਾ ਜੀ ਦੇ ਜਨਮ ਦਿਨ 'ਤੇ ਐਕਟਿਵ ਕਰ ਰਹੇ ਹਾਂ। ਇਹੋ ਹੀ ਸੰਦੇਸ਼ ਹੈ ਕਿ ਜੋ ਵਾਤਾਵਰਨ ਹੈ ਇਹਨੂੰ ਸ਼ੁੱਧ ਰੱਖਿਆ ਜਾਵੇ, ਬ੍ਰਿਕ ਲਗਾਏ ਜਾਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦੇ ਸਵਾਸ ਵੀ ਸੌਖਾ ਰਹੇ, ਪ੍ਰਦੂਸ਼ਣ ਵੀ ਘੱਟ ਹੋਵੇ। ਪ੍ਰਦੂਸ਼ਣ ਹਾਨੀਕਾਰਕ ਹੈ, ਅੰਦਰ ਹੋਵੇ ਜਾਂ ਬਾਹਰ ਹੋਵੇ, ਜਦੋਂ ਸਵੱਛਤਾ ਆਵੇਗੀ ਅੰਦਰ ਵੀ ਸਾਫ਼ ਸੁਥਰਾ ਹੋਵੇਗਾ, ਬਾਹਰ ਦਾ ਵਾਤਾਵਰਨ ਵੀ ਸਾਫ਼ ਸੁਥਰਾ ਹੋਵੇਗਾ, ਵਰਨਾ ਸਾਫ਼ ਸੁਥਰਾ ਹੋਵੇਗਾ ਅਤੇ ਜੀਵਨ ਵਿੱਚ ਆਨੰਦ, ਮੌਜਾਂ, ਖੁਸ਼ੀਆਂ ਬਾਰਾਂ ਬਣੀਆਂ ਰਹਿਣਗੀਆਂ। ਸੋ ਬਹੁਤ ਸ਼ੁਕਰੀਆ ਜੀ। ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਆਪਣੇ ਨਾਲ ਜੁੜੀਆਂ ਹੋਈਆਂ, ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ। ਸਰ ਤੁਸੀਂ ਕਿਹੜੀ ਜਗ੍ਹਾ ਤੋਂ? ਅਸੀਂ ਨਕੋਦਰ ਬ੍ਰਾਂਚ ਤੋਂ ਜੀ। ਨਕੋਦਰ ਤੋਂ ਆਇਓ ਸਰ, ਕਿੰਨੇ ਕੁ ਟਾਈਮ ਤੋਂ ਤੁਸੀਂ ਜਿਹੜਾ ਨਿਰੰਕਾਰ ਨਾਲ ਜੁੜੇ ਹੋਏ? ਮੈਂ ਤਾਂ ਜਨਮ ਤੋਂ ਹੀ ਇਸ ਮਿਸ਼ਨ ਨਾਲ ਜੁੜਿਆ, ਕਰੀਬ ਮੇਰਾ ਖਾਸ 60-65 ਸਾਲ ਹੋ ਗਿਆ ਜੀ। ਅਤੇ ਕੀ ਤੁਹਾਨੂੰ ਲੱਗ ਰਿਹਾ ਅੱਜ ਇੱਕ ਵੱਖਰੇ ਤਰੀਕੇ ਨਾਲ ਜਨਮਦਿਨ ਮਨਾਇਆ ਜਾ ਰਿਹਾ ਹੈ, ਅਤੇ ਕੀ ਤੁਸੀਂ ਇਹਦੇ ਬਾਰੇ ਕੀ ਵਿਚਾਰ ਰੱਖਦੇ ਹੋ? ਐਕਚੁਅਲੀ ਤਾਂ ਜਨਮਦਿਨ ਜੋ ਹੈ ਪਹਿਲਾਂ ਸਫਾਈ ਵਗੈਰਾ ਕਰਦੇ ਸੀ, ਹੋਸਪਿਟਲ ਦੀ ਸਫਾਈ ਆ, ਬੱਸ ਸਟੈਂਡ ਆ, ਰੇਲਵੇ ਸਟੇਸ਼ਨ ਆ, ਇਹ ਸਦਾ ਚੱਲਦੀ ਸ਼ੁਰੂ ਤੋਂ ਹੀ ਆਈ ਹੈ। ਪਰ ਪਿਛਲੇ ਸਾਲ ਤੋਂ ਸਤਿਗੁਰੂ ਮਾਤਾ ਸੁਦੇਸ਼ਾ ਜੀ ਨੇ ਸਾਨੂੰ ਇਹ ਹੁਕਮ ਕੀਤਾ ਕਿ ਸਵੱਛ ਮਨ ਅਤੇ ਸਵੱਛ ਜਲ, ਇਸ ਦੀ ਜਲ ਦੇ ਜਿੰਨੇ ਵੀ ਸਰੋਤ ਆ ਇਹਨਾਂ ਦੀ ਸਫਾਈ ਕਰਨੀ ਹੈ ਜੀ। ਪ੍ਰੇਮਪਾਲ ਭਾਟੀਆ ਜੀ, ਗੁਰਦੇਵ ਭਾਟੀਆ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਨੇ, ਅਤੇ ਸਰ ਤੁਸੀਂ ਵੀ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹੋ, ਅਤੇ ਤੁਸੀਂ ਤੁਹਾਡਾ ਆਪਣਾ ਨਕੋਦਰ ਸ਼ਹਿਰ ਆ, ਅਸੀਂ ਵੀ ਇੱਥੇ ਦੇਖ ਰਹੇ ਹਾਂ ਵੀ ਬਹੁਤ ਸਾਰਾ ਜਿੱਦਾਂ ਮਟੀਰੀਅਲ ਨਹਿਰਾਂ ਦੇ ਵਿੱਚ ਸੁੱਟਿਆ ਜਾਂਦਾ, ਲੱਗਦਾ ਕਿ ਕਿਤੇ ਨਾ ਕਿਤੇ ਲੋਕਾਂ ਦੀ ਗਲਤੀ ਹੈ? ਲੋਕਾਂ ਦੀ ਗਲਤੀ, ਸਮਾਜ ਸਾਰੇ ਦੀ ਗਲਤੀ ਹੈ। ਗਲਤੀ ਕਿਉਂ ਨਹੀਂ ਗੀ? ਕਿਉਂਕਿ ਸਾਨੂੰ ਸਤਿਗੁਰੂ ਮਾਤਾ ਜੀ ਨੇ ਇਸ ਆਦੇਸ਼ ਦਿੱਤਾ ਆ ਕਿ ਮਨ ਦੀ ਸਫਾਈ ਵੀ ਰੱਖਣੀ ਹੈ ਅਤੇ ਨਾਲ ਨਾਲ ਜਿਹੜੀ ਜਲ ਦੀ ਵੀ ਸਫਾਈ ਰੱਖਣੀ ਹੈ। ਅਸੀਂ ਵੇਖ ਰਹੇ ਹਾਂ ਕਿ ਸਾਡੇ ਪਾਣੀ ਦੀ ਦੁਰਵਰਤੋਂ ਬਹੁਤ ਹੋ ਰਹੀ ਹੈ। ਪਹਿਲਾਂ ਪੁਰਾਣੇ ਸਮਿਆਂ ਵਿੱਚ ਛੱਪੜ ਹੁੰਦੇ ਸੀ, ਖੂਹ ਹੁੰਦੇ ਸੀ, ਜਿਹੜਾ ਮੀਂਹ ਦਾ ਪਾਣੀ ਸੀ ਉਹਨਾਂ ਵਿੱਚ ਸਾਰਾ ਸਮਾ ਕੇ ਫਿਰ ਥੱਲੇ ਚਲੇ ਜਾਂਦਾ ਸੀ। ਅੱਜ ਛੱਪੜ ਵੀ ਪੱਕੇ ਕਰ ਦਿੱਤੇ ਹਨ, ਤਲਾਬ ਵੀ ਪੱਕੇ ਹੋ ਗਏ ਹਨ, ਅਤੇ ਪਾਣੀ ਦੀ ਜਿਹੜੀ ਦੁਰਵਰਤੋਂ ਵੀ ਬਹੁਤ ਹੋ ਰਹੀ ਹੈ। ਸਤਿਗੁਰੂ ਮਾਤਾ ਜੀ ਨੇ ਇਹ ਆਦੇਸ਼ ਦਿੱਤਾ ਨਿਰੰਕਾਰੀ ਮੰਡਲ ਨੂੰ, ਸਾਰੇ ਮਿਸ਼ਨ ਨੂੰ, ਜਿੱਥੇ ਜਿੱਥੇ ਵੀ ਜਿਸ ਜਿਸ 24 ਪ੍ਰਦੇਸ਼ਾਂ ਦੇ ਵਿੱਚ ਇਹ ਸਾਡੇ ਨਿਰੰਕਾਰੀ ਮਿਸ਼ਨ ਪੂਰੀ ਯੂਨਿਟਾਂ ਸੇਵਾ ਕਰ ਰਹੀ ਹੈ। ਉਹਨਾਂ ਨੇ ਇਹੋ ਹੀ ਆਦੇਸ਼ ਦਿੱਤਾ ਕਿ ਮਨ ਵੀ ਸਵੱਛ ਰੱਖਣਾ। ਜੇ ਮਨ ਸਵੱਛ ਹੈ ਤਾਂ ਤੁਸੀਂ ਕਿਸੇ ਨਾਲ ਪਿਆਰ ਕਰ ਸਕਦੇ ਹੋ, ਜੇ ਮਨ ਸਵੱਛ ਨਹੀਂ ਤਾਂ ਤੁਸੀਂ ਨਫ਼ਰਤ ਦੀ ਜਿਹੜੀ ਨਫ਼ਰਤ ਦੀ ਭਾਵਨਾ ਇਹ ਵੀ ਖਤਮ ਕਰਨੀ ਹੈ। ਇਸ ਕਰਕੇ ਇਹ ਜਿੰਨਾ ਵੀ ਨਿਰੰਕਾਰੀ ਮਿਸ਼ਨ ਦੇ ਉਪਾਸ਼ਕ ਨੇ ਉਹ ਸਤਿਗੁਰੂ ਮਾਤਾ ਦਾ ਜੋ ਆਦੇਸ਼ ਆਉਂਦਾ ਆ ਉਹ ਤਾਂ ਇਹਨ ਭਿੰਨ ਚੱਲਣ ਨੂੰ ਤਿਆਰ ਰਹਿੰਦੇ ਹਨ। ਅਤੇ ਦਾਸ ਵੀ ਇਹੀ ਕਾਮਨਾ ਕਰਦਾ ਕਿ ਅਸੀਂ ਵੀ ਜਿੱਦਾਂ ਪਿਛਲੀ ਜ਼ਿੰਦਗੀ ਇਸ ਮਿਸ਼ਨ 'ਚ ਲੰਘੀ ਵਧੀਆ, ਅਤੇ ਅੱਗੋਂ ਵੀ ਸਾਡੀ ਇਸੇ ਤਰ੍ਹਾਂ ਹੀ ਲੰਘਦੀ ਰਹੇ ਅਤੇ ਤੁਹਾਡੀਆਂ ਆਸ਼ੀਰਵਾਦਾਂ ਮਿਲਦੀਆਂ ਨੇ। ਸੋ ਬਹੁਤ ਸੋਹਣੇ ਵਿਚਾਰ ਨੇ ਜੀ ਹਰ ਨਿਰੰਕਾਰੀ ਦੇ, ਅਤੇ ਮੈਨੂੰ ਬੜਾ ਚੰਗਾ ਲੱਗ ਰਿਹਾ ਅੱਜ ਇੱਥੇ ਆਣ ਕੇ, ਮੈਨੂੰ ਵਧੀਆ ਫੀਲ ਹੋ ਰਿਹਾ। ਅਤੇ ਤੁਸੀਂ ਦੇਖੋ ਲਗਾਤਾਰ ਸੇਵਾ, ਅਤੇ ਮੈਂ ਲੈ ਕੇ ਚੱਲਦਾ ਤੁਹਾਨੂੰ ਹੋਰ ਵੀ ਮਾਣਯੋਗ ਸ਼ਖਸੀਅਤ। ਸੋ ਦੇਖ ਸਕਦੇ ਹਾਂ ਕਿ ਲਗਾਤਾਰ ਜਿਹੜਾ ਨਕੋਦਰ ਦੇ ਵਿੱਚ ਨਿਰੰਕਾਰੀ ਮਿਸ਼ਨ ਦੇ ਵੱਲੋਂ ਲਗਾਤਾਰ ਸਫਾਈ ਕੀਤੀ ਜਾ ਰਹੀ ਆ, ਅਤੇ ਬਹੁਤ ਸਾਰੀਆਂ ਸ਼ਖਸੀਅਤਾਂ ਇੱਥੇ ਪਹੁੰਚੀਆਂ ਹੋਈਆਂ ਨੇ। ਆਪਾਂ ਮਾਣਯੋਗ ਸ਼ਖਸੀਅਤਾਂ ਨਾਲ ਗੱਲ ਵੀ ਕਰਦੇ ਹਾਂ, ਅਤੇ ਨਾਲ ਨਾਲ ਉਹਨਾਂ ਤੋਂ ਪੁੱਛਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਕੀ ਵਿਚਾਰ ਨੇ ਉਹਨਾਂ ਦੇ। ਸਤਿ ਸ਼੍ਰੀ ਅਕਾਲ ਸਰ। ਸਤਿਸੰਗ ਜੀ, ਪਿਆਰ ਸ ਕਹਿਣਾ, ਧੰਨਕਾਰ ਜੀ। ਸਤਿਸੰਗ ਜੀ, ਅੱਜ ਜਿਸ ਤਰ੍ਹਾਂ ਦੱਸਿਆ ਹੈ ਕਿ ਅੱਜ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਨ ਮਨਾ ਰਹੇ ਹਾਂ, ਇਸ ਵਿੱਚ ਸਾਨੂੰ ਜੋ ਵੀ ਦੱਸਿਆ ਜਾਂਦਾ ਹੈ ਕਿ ਅਸੀਂ ਜਿਸ ਤਰ੍ਹਾਂ ਸਾਡੇ ਸੰਯੋਜਕ ਸਾਹਿਬ ਜੀ, ਸਾਡੇ ਸਰਦਾਰ ਸ਼੍ਰੀ ਗੁਰਦਿਆਲ ਸਿੰਘ ਭਾਟੀਆ ਜੀ ਸਾਨੂੰ ਸੰਦੇਸ਼ ਦੇ ਰਹੇ ਹਨ, ਔਰ ਸਾਨੂੰ ਜੋ ਮਾਤਾ ਜੀ ਨੇ ਸੰਦੇਸ਼ ਦਿੱਤਾ ਹੈ ਕਿ ਜੇ ਸਵੱਛ ਜਲ ਸਵੱਛ ਮਨ ਨੂੰ ਲੈ ਕੇ ਅਸੀਂ ਚੱਲ ਰਹੇ ਹਾਂ, ਇਹ ਜੋ ਵੀ ਨਹਿਰਾਂ ਦੀ ਸਫਾਈ ਹੈ, ਜੋ ਵੀ ਪਾਣੀ ਦੀ ਸਫਾਈ ਹੈ, ਅਸੀਂ ਉਸ ਵਿੱਚ ਸਾਰਿਆਂ ਨੇ ਸਹਿਯੋਗ ਦੇਣਾ ਹੈ। ਜਿਸ ਤਰ੍ਹਾਂ ਕਹਿੰਦੇ ਹਨ ਕਿ ਜੇ ਪਾਣੀ ਬਹੁਤ ਦੂਰ ਜਾ ਰਹੇ ਹਨ, ਪਾਣੀ ਥੱਲੇ ਜਾ ਰਹੇ ਹਨ, ਇਸ ਨੂੰ
ਉਸਦੀ ਦੇਖਭਾਲ ਵੀ ਕਰਨੀ ਹੈ, ਅਸੀਂ ਇਸਦੀ ਸੰਭਾਲ ਵੀ ਕਰਨੀ ਹੈ। ਇਸ ਤੋਂ ਪਹਿਲਾਂ ਸਾਨੂੰ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਨੇ ਪਹਿਲਾਂ ਅਸੀਂ ਹੋਸਪਿਟਲਾਂ ਵਿੱਚ ਸਫਾਈ ਕਰਦੇ ਸਨ, ਰੇਲਵੇ ਸਟੇਸ਼ਨਾਂ ਵਿੱਚ ਸਫਾਈ ਕਰਦੇ ਸਨ। ਅੱਜ ਮੌਕੇ 'ਤੇ ਪੈਗੰਬਰ ਸਤਿਗੁਰੂ ਮਾਤਾ ਜੀ ਨੇ ਕਿਹਾ ਹੈ ਕਿ ਅਸੀਂ ਜਲ ਨੂੰ ਵੀ ਸਾਫ਼ ਸੁਥਰਾ ਰੱਖਣਾ ਹੈ, ਇਸ ਵਾਸਤੇ ਅਸੀਂ ਨਹਿਰਾਂ ਦੀ ਸਫਾਈ ਕਰਨੇ ਹਨ। ਉਹ ਜੋ ਵੀ ਅੱਗੇ ਤੋਂ ਵੀ ਜੋ ਵੀ ਮਾਤਾ ਜੀ ਦਾ ਸਾਨੂੰ ਸੰਦੇਸ਼ ਆਵੇਗਾ, ਅਸੀਂ ਉਸ ਨੂੰ ਮੰਨਦੇ ਜਾਵਾਂਗੇ ਔਰ ਉਸ ਮੁਤਾਬਕ ਕਰਦੇ ਜਾਵਾਂਗੇ। ਸਾਧ ਸੰਗਤ ਜੀ, ਪਿਆਰ ਸੇ ਕਹਿਣਾ ਧੰਨ ਅੰਕਾਰ। ਸਰ, ਆਪਣਾ ਨਾਮ ਕੀ ਹੈ ਜੀ? ਸਤਪਾਲ ਸਿੰਘ ਜੌਲ, ਮੁਖੀ ਬ੍ਰਾਂਚ ਮਹਿਤਪੁਰ। ਅੱਛਾ, ਤੁਸੀਂ ਮਹਿਤਪੁਰ ਤੋਂ ਆਏ ਹੋ। ਸਰ, ਮਹਿਤਪੁਰ ਤੋਂ ਕਿੰਨੀ ਕੁ ਸੰਗਤ ਅੱਜ ਇੱਥੇ ਪਹੁੰਚੀ? ਇੱਥੇ 50 ਮੈਂਬਰ ਆਏ ਹਨ, 50 ਤੋਂ 60 ਮੈਂਬਰ ਇੱਥੇ ਪਹੁੰਚੇ ਹਨ ਸਾਰੇ। ਹਾਂਜੀ ਸਰ, ਨਕੋਦਰ ਦੇ ਪ੍ਰਸ਼ਾਸਨ ਵੱਲੋਂ ਕਿੱਦਾਂ ਦਾ ਤੁਹਾਨੂੰ ਸਾਥ ਮਿਲ ਰਿਹਾ ਜੀ? ਇਹ ਬਹੁਤ ਹੀ ਸਾਨੂੰ ਸਾਥ ਦੇ ਰਹੇ ਹਨ, ਪ੍ਰਸ਼ਾਸਨ ਵੀ ਸਾਥ ਦੇ ਰਿਹਾ ਔਰ ਨਾਲ ਸਾਡੇ ਸੰਯੋਗ ਸਾਹਿਬ ਨੇ ਸਾਨੂੰ ਬਹੁਤ ਨਾਲ ਸਾਡੇ, ਅਸੀਂ ਉਹਨਾਂ ਨਾਲ ਰਲ ਕੇ ਸੇਵਾ ਕਰ ਰਹੇ ਹਾਂ। ਸਰ, ਕਿੰਨੇ ਕੁ ਟਾਈਮ ਤੋਂ ਤੁਸੀਂ ਇਸ ਮਿਸ਼ਨ ਦੇ ਨਾਲ ਜੁੜੇ? ਅਸੀਂ ਸਾਨੂੰ 50 ਸਾਲ ਤੋਂ ਲਗਭਗ ਇਸ ਮਿਸ਼ਨ ਨਾਲ ਜੁੜੇ ਹਨ ਔਰ ਜੋ ਵੀ ਸਾਨੂੰ ਸੰਦੇਸ਼ ਆਉਂਦੇ ਹਨ, ਪਹਿਲਾਂ ਬਾਬਾ ਗੁਰਭਜਨ ਸਿੰਘ ਜੀ ਸੰਦੇਸ਼ਾ ਦਿੰਦੇ ਸਨ ਔਰ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਨੇ ਸੰਦੇਸ਼ਾ ਦਿੱਤਾ ਕਿ ਉਸਨੇ ਨਾਲ ਇਹ ਵੀ ਦੱਸਿਆ ਬਾਬਾ ਹਰਦੇਵ ਸਿੰਘ ਜੀ ਨੇ ਕਿ ਜੋ ਖੂਨ ਨਾਲੀਆਂ ਵਿੱਚ ਵਗਦਾ ਹੈ ਉਹ ਇਨਸਾਨ ਦੀਆਂ ਨਾੜੀਆਂ ਵਿੱਚ ਚੱਲਣਾ ਚਾਹੀਦਾ ਹੈ ਔਰ ਉਹਨਾਂ ਨੇ ਇਸ ਖੂਨ ਦਾਨ ਦੀ ਵੀ ਬਹੁਤ ਸੇਵਾ ਚੱਲਦੀ ਹੈ, ਸਾਡੇ ਆਲ ਵਰਲਡ ਵਿੱਚ ਹੀ ਸੇਵਾ ਚੱਲਦੀਆਂ ਹਨ। ਅਤੇ ਨਾਲ ਸਾਡੇ ਮੈਨੂੰ ਲੱਗਦਾ ਨੂਰ ਮਹਿਲ ਤੋਂ ਛਾਬੜਾ ਸਾਹਿਬ ਖੜ੍ਹੇ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ, ਮੈਂ ਨੂਰ ਮਹਿਲ ਤੋਂ ਆਇਆ ਸੀ, ਡਿੰਪਲ ਛਾਬੜਾ ਜੀ। ਅਤੇ ਮੈਨੂੰ ਇਸ ਦਿਹਾੜੇ ਦੀ ਬਹੁਤ ਖੁਸ਼ੀ ਆ ਕਿ ਸਾਡੇ ਬਾਬਾ ਜੀ ਨੇ ਬਚਨ ਕੀਤੇ ਸੀਗੇ ਕਿ ਸਵੱਛ ਭਾਰਤ ਸਵੱਛ ਅਭਿਆਨ ਚਲਾਇਆ ਹੋਇਆ ਜੀ ਔਰ ਇੱਥੇ ਸਾਰੇ ਸੰਗਤਾਂ ਨੂੰ ਪਹੁੰਚਣ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਰ ਇਕੱਲੇ ਨਕੋਦਰ ਜੀ ਚਲਾਇਆ ਜਾ ਰਿਹਾ ਜਾਂ ਹੋਰ ਵੀ ਕਿਤੇ? ਨਹੀਂ ਜੀ ਨਹੀਂ, ਇਹ ਨੂਰ ਨਕੋਦਰ 'ਚ ਨਹੀਂ ਚਲਾਇਆ ਜਾ ਰਿਹਾ, 24 ਸਟੇਟਾਂ 'ਚ ਚਲਾਇਆ ਜਾ ਰਿਹਾ ਜੀ। ਜੀ, ਨੂਰ ਮਹਿਲ 'ਚ ਵੀ ਚਲਾ ਰਿਹਾ ਜੀ। ਅਤੇ ਮੈਂ ਅੱਜ ਨਕੋਦਰ ਪਹੁੰਚਿਆ ਹੋਇਆ ਜੀ ਅਤੇ ਨੂਰ ਮਹਿਲ ਦਾ ਇਹ ਮੈਨੂੰ ਨਹੀਂ ਇੰਨਾ ਪਤਾ ਜੀ। ਸਰ, ਕੀ ਕਹਿਣਾ ਚਾਹੋਗੇ ਜਿਹੜੇ ਵੀਵਰਸ ਆਪਾਂ ਨੂੰ ਦੇਖ ਰਹੇ ਨੇ, ਜਿਹੜੇ ਦਰਸ਼ਕ ਦੇਖ ਰਹੇ ਨੇ, ਉਹਨਾਂ ਨੂੰ ਅੱਜ ਦੇ ਇਸ ਦਿਨ ਦੀ ਖਾਸ ਜਿਹੜਾ ਸਫਾਈ ਕਰ ਰਹੇ ਹੋ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਮੈਂ ਤਾਂ ਸਾਰਿਆਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਜੀ ਕਿ ਆਪਣੇ ਘਰ ਸਫਾਈ ਰੱਖੋ ਔਰ ਪਾਣੀ ਨੂੰ ਵੇਸਟ ਨਾ ਹੋਣ ਦਿਓ, ਜਿੰਨੀ ਲੋੜ ਆ ਉਨਾ ਯੂਜ਼ ਕਰੋ ਔਰ ਸਾਰਿਆਂ ਨੂੰ ਚਾਹੀਦਾ ਜੀ, ਮੈਨੂੰ ਇਕੱਲੇ ਨਹੀਂ ਸਾਰਿਆਂ ਨੂੰ ਚਾਹੀਦਾ ਜੀ। ਸੋ ਬਿਲਕੁਲ ਦਰਸ਼ਕੋ, ਤੁਸੀਂ ਜੁੜ ਚੁੱਕੇ ਹੋ ਪੰਜਾਬ ਲਾਈਵ ਟੀਵੀ ਦੇ ਨਾਲ ਅਤੇ ਦੇਖ ਰਹੇ ਹੋ ਕਿ ਜਿੰਨੇ ਵੀ ਨਿਰੰਕਾਰੀ ਮਿਸ਼ਨ ਦੇ ਨਾਲ ਜੁੜੇ ਨੇ, ਹਰ ਕਿਸੇ ਦਾ ਕਹਿਣਾ ਇਹ ਹੈ ਕਿ ਪਾਣੀ ਨੂੰ ਅਤੇ ਆਪਣੀ ਆਤਮਾ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਤਾਂ ਕਿ ਸਾਡੀ ਆਤਮਾ ਸ਼ੁੱਧ ਹੋਏਗੀ ਅਤੇ ਸਾਡਾ ਮਨ ਸਾਫ਼ ਰਹੇਗਾ ਔਰ ਸਾਡਾ ਮਨ ਸਾਫ਼ ਹੋਏਗਾ ਅਤੇ ਅਸੀਂ ਹਰ ਕਿਸੇ ਨਾਲ ਪਿਆਰ ਕਰ ਸਕਦੇ ਹਾਂ। ਇਹ ਬਿਲਕੁਲ ਵਿਚਾਰ ਨੇ ਸਾਰੇ ਨਿਰੰਕਾਰੀ ਵੀਰਾਂ ਦੇ ਅਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਹੋਰ ਮਾਨਯੋਗ ਸ਼ਖਸੀਅਤਾਂ ਦੇ। ਸੋ ਨਕੋਦਰ ਸ਼ਹਿਰ, ਕਹਿੰਦੇ ਨਕੋਦਰ ਸ਼ਹਿਰ ਨਗੀਨਾ, ਕੋਈ ਆਵੇ ਇੱਕ ਦਿਨ ਲਈ ਅਤੇ ਰਵੇ ਮਹੀਨਾ। ਇਹ ਬੜੇ ਪਿਆਰੇ ਬੰਦੇ ਨੇ ਨਕੋਦਰ ਦੇ ਅਤੇ ਨਕੋਦਰ ਦੀਆਂ ਮਾਨਯੋਗ ਸ਼ਖਸੀਅਤਾਂ ਨੇ, MC ਸਾਹਿਬ ਆਪਣੇ ਕੋਲ ਪਹੁੰਚੇ ਨੇ, ਇਹਨਾਂ ਨਾਲ ਗੱਲ ਕਰਦੇ ਹਾਂ। ਕੋਹਲੀ ਸਾਹਿਬ, ਕੀ ਹਾਲ ਚਾਲ? ਠੀਕ? ਬਹੁਤ ਵਧੀਆ ਜੀ। ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਬੜਾ ਧੰਨਵਾਦ, ਤੁਸੀਂ ਆ ਕੇ ਜੋ ਵੀ ਪਰਿਵਾਰ ਦੀਆਂ ਜਾਂ ਸਮਾਜ ਦੀਆਂ ਜਿਹੜੀਆਂ ਤਰੁੱਟੀਆਂ ਜਾਂ ਜਿਹੜੇ ਚੰਗੇ ਕੰਮ ਹੁੰਦੇ ਆ, ਜਿੱਦਾਂ ਸਾਡਾ ਨਿਰੰਕਾਰੀ ਸਮਾਜ ਜਿਹੜਾ ਗੁਰੂ ਮਹਾਰਾਜ ਦਾ 23 ਤਰੀਕ ਦਾ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਹੁੰਦਾ, ਉਸ ਨੂੰ ਮੁੱਖ ਰੱਖਦੇ ਹੋਏ ਅੱਜ 25 ਤਰੀਕ ਨੂੰ ਸਫਾਈ ਅਭਿਆਨ ਜਿਹੜਾ ਸਾਡੇ ਨਕੋਦਰ ਦੇ ਨਿਰੰਕਾਰੀ ਪ੍ਰਮੁੱਖ ਗੁਰਦਿਆਲ ਸਿੰਘ ਭਾਟੀਆ ਜੀ ਜਿਨ੍ਹਾਂ ਨੇ ਉਪਰਾਲਾ ਕੀਤਾ, ਜੋ ਉੱਪਰੋਂ ਜਦ ਦਿਸ਼ਾ ਨਿਰਦੇਸ਼ ਦਿੱਲੀ ਵੱਲੋਂ ਆਉਂਦੇ ਆ, ਉਸੇ ਸੰਬੰਧ ਵਿੱਚ ਇੱਕ ਡੈਡੀਕੇਟਡ ਸੰਸਥਾ ਜਿਹਨੂੰ ਕਿਹਾ ਜਾ ਸਕਦਾ, ਜਿਹੜਾ ਲੋਕ ਸਮਾਜ ਦੇ ਪ੍ਰਤੀ ਸੰਪਰਤੀ ਆ ਉਹਨਾਂ ਦੇ ਵਿੱਚੋਂ ਇਹ ਇੱਕ ਸਮਾਜ ਨਿਰੰਕਾਰੀ ਭਵਨ ਜਿਹਦੇ ਵਿੱਚ ਅੱਜ ਇਹਨਾਂ ਦਾ ਉਪਰਾਲਾ ਸੀ, ਕੰਬਲ ਹੋਸਪਿਟਲ ਤੋਂ ਲੈ ਕੇ ਗੁਰੂ ਨਾਨਕ ਨੈਸ਼ਨਲ ਕਾਲਜ ਤੱਕ ਜਿਹੜੀ ਹੈ ਸਫਾਈ ਦਾ ਇੱਕ ਤਰੀਕਾ ਔਰ ਬਹੁਤ ਵਧੀਆ ਤਰੀਕਾ ਅਪਣਾਇਆ ਅਤੇ ਮੈਂ ਬੜਾ ਇਹਨਾਂ ਤੋਂ ਪ੍ਰਭਾਵਿਤ ਵੀ ਹਾਂ ਔਰ ਇਹਨਾਂ ਦੇ ਨਾਲ ਹਰ ਵੇਲੇ ਚੱਲਣ ਨੂੰ ਤਿਆਰ ਰਹਿਣਾ। ਪਰ ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ, ਇਹ ਜਿਹੜੇ ਸਾਰੇ ਪਰਿਵਾਰ ਆ ਇੰਨੇ
ਇਕੱਠੇ ਹੋ ਕੇ ਇੱਕ ਸਮਾਜ ਨੂੰ ਸੇਧ ਵੀ ਦਿੰਦੇ ਆ ਵੀ ਸਾਰਾ ਆਪਾਂ ਸਮਾਜ ਜਿਹੜਾ ਇਕੱਠਾ ਰਹੀਏ ਅਤੇ ਜਿਹੜੀ ਸਮਾਜ ਦੀ ਭਲਾਈ ਲਈ ਜੋ ਕੰਮ ਹੋ ਸਕਦੇ ਆ ਜਾਂ ਸਾਫ਼ ਸਫਾਈ ਆ ਉਹਨੂੰ ਉਹਦੇ ਉਪਰਾਲੇ ਕਰਦੇ ਰਹਿੰਦੇ ਆ। ਕੋਹਲੀ ਸਾਹਿਬ ਸੌਰੀ ਮੈਂ ਤੁਹਾਡੀ ਗੱਲ ਨੂੰ ਕੱਟ ਰਿਹਾ, ਮੈਂ ਇੱਥੇ ਮੈਨੂੰ ਇੱਕ ਚੀਜ਼ ਬੜੀ ਦੇਖਣ ਨੂੰ ਵਧੀਆ ਲੱਗ ਰਹੀ ਵੀ ਇੱਥੇ ਕੋਈ ਊਚ ਨੀਚ ਦਾ ਫਰਕ ਨਹੀਂ ਨਜ਼ਰ ਆ ਰਿਹਾ, ਨਹੀਂ ਤਾਂ ਅਕਸਰ ਅਸੀਂ ਦੇਖਦੇ ਹਾਂ ਜਿੱਥੇ ਅਸੀਂ ਕਿਤੇ ਜਾਈਏ ਕੋਈ ਸਮਾਜਿਕ ਜਿਹੜੇ ਜਿੱਥੇ ਵੀ ਪ੍ਰੋਗਰਾਮ ਹੁੰਦੇ ਆ ਉੱਥੇ ਕੁਛ ਨਾ ਡੈਡੀਕੇਟਡ ਜਾਂ ਜਿਹੜੇ ਜ਼ਿਆਦਾ ਵਧੀਆ ਬੰਦੇ ਹੁੰਦੇ ਆ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਤੁਸੀਂ ਇੱਧਰ ਬਸ ਆਹ ਮੋਟਾ ਮੋਟਾ ਕੰਮ ਕਰਨਾ, ਅਤੇ ਜਿਹੜੇ ਥੋੜ੍ਹੇ ਜਿਹੇ ਠੀਕ ਠਾਕ ਹੁੰਦੇ ਉਹਨਾਂ ਨੂੰ ਕਹਿੰਦੇ ਭਾਈ ਐਂ ਕਰੋ, ਪਰ ਇੱਥੇ ਮੈਂ ਦੇਖ ਰਿਹਾ ਸਾਰਿਆਂ ਨੂੰ ਬਸ ਇੱਕੋ ਹੀ ਰੱਸੇ ਆ, ਸਾਰੇ ਕੋਈ ਪੱਲੀ ਚੱਕ ਰਿਹਾ, ਕੋਈ ਕਹੀ ਫੜੀ ਆ, ਕਿਸੇ ਨੇ ਕੋਈ ਪੱਲੀ ਚੱਕ ਕੇ ਸੁੱਟ ਰਹੇ ਨੇ, ਮਤਲਬ ਬੜਾ ਵਧੀਆ ਫੀਲ ਹੋ ਰਿਹਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਇਸ ਸੰਸਥਾ ਨਾਲ ਕੋਈ 15 ਤੋਂ 20 ਸਾਲ ਤੋਂ ਜੁੜਿਆ ਹਾਂ, ਇਹ ਸਭ ਮਤਲਬ ਸਾਡੇ ਜਿਹੜੇ ਮੁਖੀ ਆ ਉਹਨਾਂ ਦੀ ਮਿਹਰਬਾਨੀ ਦਾ ਸਦਕਾ। ਵੱਡੀ ਗੱਲ ਜਿਹੜੀ ਆ ਮੈਂ ਇਸ ਸਮਾਜ ਦੇ ਪ੍ਰਤੀ ਹੱਥ ਜੋੜ ਕੇ ਨਮਨ ਕਰਦਾ ਜੋ ਇਹ ਸੇਧ ਸਮਾਜ ਨੂੰ ਦਿੰਦੇ ਆ, ਇਹਨਾਂ ਤੋਂ ਬਾਕੀ ਵੀ ਲੋਕਾਂ ਨੂੰ ਇਹ ਸੇਧ ਲੈਣੀ ਚਾਹੀਦੀ ਆ, ਜੋ ਚੀਜ਼ ਜੋ ਕ੍ਰਾਈਟੀਰੀਆ ਇਹਨਾਂ ਨੇ ਅਪਣਾਇਆ ਉਹਨੂੰ ਅਪਣਾਉਣਾ ਚਾਹੀਦਾ, ਜਿਹੜਾ ਸਾਡਾ ਸਮਾਜ ਆ ਉਹ ਬੁਲੰਦੀਆਂ 'ਤੇ ਜਾ ਸਕਦਾ ਹੈ। ਕੀ ਕਹਿਣਾ ਚਾਹੁੰਦਾ ਜਿਹੜੇ ਵਿਊਅਰ ਆਪਾਂ ਨੂੰ ਦੇਖ ਰਹੇ ਨੇ? ਮੈਂ ਸਾਰਿਆਂ ਨੂੰ ਇਹੀ ਕਹੂੰਗਾ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਉਪਰਾਲਾ ਜਿੱਦਾਂ ਗੁਰੂ ਮਹਾਰਾਜ ਦੇ ਜਨਮਦਿਨ ਦੇ ਦਿਹਾੜੇ ਦੇ ਸੰਬੰਧ ਵਿੱਚ ਇਹ ਉਪਰਾਲਾ ਕੀਤਾ ਵਾ, ਸਾਨੂੰ ਸਾਰਿਆਂ ਨੂੰ ਇਹ ਰਲ ਕੇ ਉਪਰਾਲਾ ਕਰਨਾ ਚਾਹੀਦਾ, ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਜਿਹੜਾ ਕਿ ਅਸੀਂ ਸੋਹਣਾ ਜਿਹਾ ਸੁੰਦਰ ਸਮਾਜ ਸਿਰਜ ਸਕੀਏ। ਔਰ ਸਾਡੇ ਨਾਲ ਇੱਧਰ ਭੈਣ ਜੀ ਵੀ ਹੈਗੇ ਮੌਜੂਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ ਜੀ? ਹਾਂਜੀ ਠੀਕ ਹੈ ਜੀ। ਤੁਸੀਂ ਦੇਖ ਰਹੇ ਹੋ ਕਿ ਅੱਜ ਤੁਹਾਡੇ ਗੁਰੂ ਮਹਾਰਾਜ ਦਾ ਜਿਹੜਾ ਇੱਕ ਜਨਮ ਦਿਨ ਮਨਾਇਆ ਜਾ ਰਿਹਾ ਔਰ ਉਹਦੇ ਵਿੱਚ ਇੱਕ ਸਫਾਈ ਅਭਿਆਨ ਚੱਲ ਰਿਹਾ, ਪਹਿਲਾਂ ਤਾਂ ਇਹ ਦੱਸੋ ਵੀ ਇਹ ਕਦੇ ਸੋਚਿਆ ਸੀ ਵੀ ਕਦੇ ਇੱਦਾਂ ਦਾ ਦਿਨ ਆਊਗਾ ਕਿ ਅਸੀਂ ਮਤਲਬ ਪਾਣੀ ਦੇ ਸਰੋਤਾਂ ਨੂੰ ਸਾਫ਼ ਕਰਾਂਗੇ, ਕਦੇ ਕੋਈ ਜਨਮ ਦਿਨ ਇੱਦਾਂ ਆਊਗਾ ਜਾਂ ਸਾਨੂੰ ਕੋਈ ਦਿਸ਼ਾ ਨਿਰਦੇਸ਼ ਆਉਣਗੇ? ਸਭ ਤੋਂ ਪਹਿਲਾਂ ਤਾਂ ਅਸੀਂ ਸਤਿਗੁਰੂ ਮਾਤਾ ਸਵਿੰਦਰ ਹਰਦੇਵ ਮਹਾਰਾਜ ਜੀ ਦਾ ਧੰਨਵਾਦ ਕਰਦੇ ਹਾਂ, ਸ਼ੁਕਰੀਆ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਤਾਂ ਕਿ ਅਸੀਂ ਇਹ ਜੋ ਸੇਵਾ ਨਿਭਾ ਰਹੇ ਹਾਂ। ਇਹ ਸਤਿਗੁਰੂ ਦਾ ਹੁਕਮ ਆ ਜੀ ਕਿ ਇਹ ਜਲ ਨੂੰ ਸਾਫ਼ ਕਰਨਾ ਹੈ, ਜਿੱਥੇ ਜਲ ਦੀ ਸਫਾਈ ਕੀਤੀ ਜਾ ਰਹੀ ਹੈ ਉੱਥੇ ਮਨਾਂ ਦੀ ਵੀ ਸਫਾਈ ਕੀਤੀ ਜਾ ਰਹੀ ਹੈ, ਸਭ ਨੂੰ ਇੱਕ ਸਾਰ ਸਮਝਿਆ ਜਾ ਰਿਹਾ ਹੈ, ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ ਜਿਵੇਂ ਤੁਸੀਂ ਦੇਖ ਹੀ ਰਹੇ ਹੋ। ਇਹ ਸਤਿਗੁਰੂ ਦਾ ਹੁਕਮ ਦੇ ਨਾਲ ਮੰਨਦੇ ਅਸੀਂ ਏਕਤਾ ਦਾ ਵੀ ਇਹ ਸੰਦੇਸ਼ ਦੇ ਰਹੇ ਹਾਂ ਜੀ। ਅੱਛਾ ਮੈਂ ਸੌਰੀ ਮੈਂ ਮਾਫ਼ੀ ਚਾਹੁੰਦਾ, ਮੇਰੇ ਮਨ 'ਚ ਇੱਕ ਬੜਾ ਵੱਡਾ ਵਿਚਾਰ ਬੜਾ ਵੱਡਾ ਖਿਆਲ ਇਸ ਵੇਲੇ ਪੈਦਾ ਹੋ ਗਿਆ, ਜਿਵੇਂ ਤੁਸੀਂ ਕਿਹਾ ਕਿ ਸਾਡੇ ਗੁਰੂ ਜੀ ਦਾ ਜਨਮ ਦਿਨ ਆ ਅਤੇ ਅਸੀਂ ਉਹਨਾਂ ਨੂੰ ਮੁੱਖ ਰੱਖਦੇ ਹਾਂ ਪਾਣੀ ਦੇ ਸਰੋਤ ਸਾਫ਼ ਕਰ ਰਹੇ ਹਾਂ ਨਾ, ਕਦੇ ਇੱਦਾਂ ਹੋ ਸਕਦਾ ਉਹਨਾਂ ਵਾਲੇ ਸਮਝ ਕੇ ਤੁਹਾਡੇ ਘਰੇ ਕਿਸੇ ਬੱਚੇ ਦਾ ਜਾਂ ਤੁਹਾਡਾ ਆਪਣਾ ਜਨਮ ਦਿਨ ਹੋਵੇ ਤਾਂ ਤੁਸੀਂ ਇਸੇ ਰੀਤ ਨੂੰ ਅੱਗੇ ਚਲਾਓ? ਹਾਂਜੀ, ਇਹ ਸਾਡੇ ਮਿਸ਼ਨ ਦੇ ਜੀ ਨਿਰੰਕਾਰੀ ਭਵਨ ਜੋ ਮੰਡੀ ਸਬਜ਼ੀ ਮੰਡੀ ਵਿੱਚ ਹੈ ਉੱਥੇ ਕਿਸੇ ਦਾ ਵੀ ਜਨਮ ਦਿਨ ਹੁੰਦਾ ਆ, ਕਿਸੇ ਦੀ ਵਿਆਹ ਦੀ ਸਾਲਗਿਰਾ ਹੁੰਦੀ ਉੱਥੇ ਇਕੱਠੇ ਹੀ ਸਾਰੇ ਮਨਾਉਂਦੇ ਆ, ਉੱਥੇ ਇਹ ਨਹੀਂ ਵੀ ਘਰਾਂ ਵਿੱਚ ਜਾਂ ਇੱਕ ਦੋ ਪਰਿਵਾਰ ਨਹੀਂ, ਸਾਰਿਆਂ ਨੂੰ ਇੱਕ ਪਰਿਵਾਰ ਸਮਝਿਆ ਜਾਂਦਾ ਆ ਅਤੇ ਆਪਣੀਆਂ ਜਿਹੜੀਆਂ ਖੁਸ਼ੀਆਂ ਇੱਕ ਦੂਜੇ ਨਾਲ ਜ਼ਾਹਿਰ ਕੀਤੀਆਂ ਜਾਂਦੀਆਂ। ਇਹਦੀਆਂ ਕਈ ਉਦਾਹਰਨਾਂ ਤੁਸੀਂ ਦੇਖ ਸਕਦੇ ਹੋ, ਸਵੇਰ ਦੀ ਸੰਗਤ 6:15 ਤੋਂ 7:15 ਦਾ ਟਾਈਮ ਹੈ, ਐਤਵਾਰ ਨੂੰ ਸੰਗਤ ਹੁੰਦੀ ਉੱਥੇ ਤੁਸੀਂ ਆ ਕੇ ਦੇਖ ਸਕਦੇ ਹੋ ਕਿ ਜੋ ਇਹ ਮਿਸ਼ਨ ਕਹਿ ਰਿਹਾ ਉਹ ਕਰ ਵੀ ਰਿਹਾ ਜੀ। ਅਤੇ ਬਹੁਤ ਸਾਰੀਆਂ ਭੈਣਾਂ ਲਗਾਤਾਰ ਸਵੇਰ ਦੀਆਂ ਲੱਗੀਆਂ ਨੇ ਕੰਮ ਕਰਨ, ਅਤੇ ਥੱਕ ਤਾਂ ਨਹੀਂ ਗਏ ਪਹਿਲਾਂ ਇਹ ਦੱਸੋ ਜੀ? ਨਹੀਂ ਜੀ, ਥਕਾਵਟ ਤਾਂ ਕੋਈ ਨਹੀਂ, ਗੁਰੂ ਦਾ ਹੁਕਮ ਆ ਅਤੇ ਥਕਾਵਟ ਕੋਈ ਨਹੀਂ ਆ। ਤੁਸੀਂ ਦੇਖ ਸਕਦੇ ਇੱਕ ਛੋਟਾ ਬੱਚਾ ਵੀ ਆਪਣਾ ਯੋਗਦਾਨ ਪਾ ਰਿਹਾ ਅਤੇ ਇੱਕ ਬਜ਼ੁਰਗ ਵੀ, ਉਹ ਵੀ ਭੱਜ ਭੱਜ ਕੇ ਸੇਵਾ ਕਰ ਰਿਹਾ ਕਿ ਸਾਡੇ ਹੁਕਮ ਆ, ਸਤਿਗੁਰੂ ਦਾ ਹੁਕਮ ਆ ਅਤੇ ਅਸੀਂ ਉਸ ਦੀ ਪਾਲਣਾ ਕਰਨੀ ਹੈ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਬਿਨਾਂ ਮਤਲਬ ਜਨਮ ਦਿਨ ਤੋਂ ਵੀ ਇਸੇ ਤਰ੍ਹਾਂ ਨਾਲ ਇਹ ਅਭਿਆਨ ਚਲਾਵਾਂਗੇ ਜਾਂ ਫਿਰ ਬਸ ਅੱਜ ਸਫਾਈ ਕਰ ਲਈ ਤਾਂ ਠੀਕ ਹੈ ਜੀ? ਨਹੀਂ ਜੀ, ਸਾਡਾ ਇਹ ਨਿਰੰਕਾਰੀ ਮਿਸ਼ਨ ਦਾ ਹਰ ਗੁਰਸਿੱਖ ਹਰ ਵੇਲੇ ਸੇਵਾ ਲਈ ਤਿਆਰ ਆ, ਚਾਹੇ ਕੋਈ ਵੀ ਹੁਕਮ ਆ ਜਾਂਦਾ ਆ, ਚਾਹੇ ਵੈਸੇ ਹੀ ਕੋਈ ਸੰਸਥਾ ਨਾਲ ਜੁੜੇ ਹੋਏ ਆ, ਹਰੇਕ ਸਤਿਗੁਰ ਦਾ ਇਹ ਗੁਰਸਿੱਖ ਜੋ ਹਰ ਵੇਲੇ ਤਿਆਰ ਬਰ ਤਿਆਰ ਆ ਵੀ ਸਾਨੂੰ ਕੋਈ ਹੁਕਮ ਆਵੇ ਤਾਂ ਅਸੀਂ ਸੇਵਾ ਕਰੀਏ ਜੀ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੀਵਰਸ ਆਪਾਂ ਨੂੰ ਦੇਖ ਰਹੇ ਨੇ?
ਬਸ ਇਹੀ ਕਹਿਣਾ ਚਾਹੁੰਦੇ ਆ ਕਿ ਜਿੱਥੇ ਸਾਨੂੰ ਆਤਮਾ ਨੂੰ ਪਰਮਾਤਮਾ ਨਾਲ ਜੋੜ ਰਿਹਾ ਹੈ ਨਿਰੰਕਾਰੀ ਮਿਸ਼ਨ, ਉੱਥੇ ਸੇਵਾ ਭਾਵਨਾ ਭਰ ਰਿਹਾ ਹੈ, ਏਕਤਾ ਦਿਖਾ ਰਹੇ ਆ ਸਾਰੇ, ਵੀ ਇਹੀ ਸੰਦੇਸ਼ ਆ ਵੀ ਗੁਰੂ ਦੇ ਨਾਲ ਜੁੜੇ ਹੋਏ ਆ ਅਤੇ ਗੁਰੂ ਦੀ ਹੁਕਮ ਦੀ ਪਾਲਣਾ ਕਰ ਰਹੇ ਹਾਂ। ਸੋ ਬਹੁਤ ਸ਼ੁਕਰੀਆ ਜੀ, ਮੈਂ ਤੁਹਾਡੇ ਵੈਸੇ ਕੰਮ 'ਚ ਵਿਘਨ ਵੀ ਪਾ ਰਿਹਾ ਨਾਲ ਨਾਲ, ਅਤੇ ਮੈਂ ਚਾਹੁੰਦਾ ਸੀ ਕਿ ਲੋਕਾਂ ਦੇ ਜਿਹੜੇ ਵਿਚਾਰ ਆ ਉਹ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰੀਏ। ਤੁਸੀਂ ਇੱਥੇ ਆ ਜਾਓ ਜੀ, ਅਤੇ ਇੱਕ ਬਹੁਤ ਸਾਡੇ ਭੈਣ ਜੀ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਆ। ਭੈਣ ਜੀ ਕਿੱਦਾਂ, ਠੀਕ ਠਾਕ? ਹਾਂਜੀ ਵਧੀਆ ਜੀ। ਨਿਰੰਕਾਰੀ ਮਿਸ਼ਨ ਬਾਰੇ ਪਹਿਲਾਂ ਦੱਸੋ, ਤੁਸੀਂ ਕਿਵੇਂ ਜੁੜੇ, ਕਿੰਨਾ ਟਾਈਮ ਹੋ ਗਿਆ? ਦਸ ਜੀ, ਬਚਪਨ ਤੋਂ ਹੀ ਇੱਧਰ ਜਾਗ ਲੱਗਾ ਆ, ਜੋ ਬਰਥ ਹੋਇਆ ਪੇਰੈਂਟਸ ਵੀ ਇੱਧਰ ਜੁੜੇ ਹੋਏ ਨੇ, ਤੋ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੈ ਕਿ ਇਹਨੇ ਬਚਪਨ ਤੋਂ ਆਪਦੇ ਦਰ 'ਤੇ ਜੋੜਿਆ ਹੋਇਆ। ਅੱਜ ਦੇ ਦਿਨ ਬਾਰੇ ਕੀ ਕਹਿਣਾ ਚਾਹੁੰਦੇ? ਅੱਜ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਦੇ ਬਰਥ ਬਰਥਡੇ ਦੀ ਅਸੀਂ ਸੈਲੀਬ੍ਰੇਸ਼ਨ ਕਰ ਰਹੇ ਹਾਂ। ਉਹਨਾਂ ਦਾ 23 ਫੈਬ ਨੂੰ ਉਹਨਾਂ ਦਾ ਬਰਥਡੇ ਹੁੰਦਾ ਆ, ਤਾਂ ਅੱਜ ਅਸੀਂ ਉਹਨਾਂ ਦੇ ਬਰਥਡੇ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਸਫਾਈ ਅਭਿਆਨ ਨਾਲ ਜੁੜੇ ਹਾਂ, ਜਲ ਦੀ ਸਵੱਛਤਾ, ਸਵੱਛ ਜਲ ਨਾਲ ਜੁੜ ਰਹੇ ਹਾਂ ਅੱਜ ਅਸੀਂ, ਜੋ ਸਾਡੇ ਸਮੇਂ ਦੇ ਪੈਗੰਬਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦਾ ਆਦੇਸ਼ ਹੈ ਕਿ ਜਲ ਸਵੱਛ, ਜਲ ਸਵੱਛ ਮਨ। ਅੱਛਾ, ਅੱਜ ਕੱਲ੍ਹ ਇੱਕ ਚੀਜ਼ ਵੈਸੇ ਦੇਖਣ ਨੂੰ ਮਿਲਦੀ ਹੈ, ਤੁਸੀਂ ਯੰਗ ਹੋ ਅਜੇ, ਕਿਉਂਕਿ ਘਰ 'ਚ ਕੰਮ ਕਰਨ ਲੱਗੇ ਆਪਾਂ ਨੂੰ ਲੱਗਦਾ ਹੁੰਦਾ ਯਾਰ ਇੰਨਾ ਕੰਮ ਕਰਨ ਨੂੰ ਦੇਤਾ, ਅਤੇ ਅੱਜ ਮੈਂ ਦੇਖ ਰਿਹਾ ਵੀ ਸਵੇਰ ਦੇ ਤੁਸੀਂ ਸਾਰੇ ਕੰਮ ਕਰ ਰਹੇ ਹੋ, ਕਿਤੇ ਮਹਿਸੂਸ ਨਹੀਂ ਹੋ ਰਿਹਾ ਵੀ ਥਕਾਵਟ ਹੋਏਗੀ? ਨਹੀਂ, ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਆ ਕਿ ਜਦੋਂ ਇਹਦੀ ਸੇਵਾ ਦਾ ਆਦੇਸ਼ ਆਉਂਦਾ ਤਾਂ ਇਹ ਹਿੰਮਤ ਵੀ ਆਪਣੇ ਆਪ ਹੀ ਦਿੰਦਾ ਆ, ਸਾਡੀ ਕੋਈ ਔਕਾਤ ਨਹੀਂ ਹੈ ਕਿ ਅਸੀਂ ਇਹ ਕੁਛ ਕਰ, ਕੋਈ ਕੰਮ ਕਰ ਪਾਈਏ, ਇਹ ਆਪ ਹੀ ਇਹ ਸਭ ਕੁਛ ਕਰਵਾਉਣ ਵਾਲਾ। ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੀਵਰਸ ਆਪਾਂ ਨੂੰ ਦੇਖ ਰਹੇ ਅੱਜ ਦੇ ਇਸ ਖਾਸ ਦਿਨ ਬਾਰੇ? ਸਭ ਲਈ ਇਹੀ ਰਿਕੁਐਸਟ ਹੈ ਕਿ ਅਸੀਂ ਪਾਣੀ ਦੀ ਵੇਸਟੇਜ ਨਾ ਕਰੀਏ, ਘਰਾਂ 'ਚ ਵੀ ਅਸੀਂ ਦੇਖਦੇ ਹਾਂ ਜਾਂ ਨੋਰਮਲੀ ਰੂਟੀਨ ਅਸੀਂ ਜਦੋਂ ਬਰੱਸ਼ ਵੀ ਕਰਦੇ ਹਾਂ ਤਾਂ ਸਾਡੀ ਟੈਪ ਚੱਲਦੀ ਹੀ ਰਹਿੰਦੀ ਹੈ ਜਿੰਨੀ ਦੇਰ ਅਸੀਂ ਬਰੱਸ਼ ਚੱਲਦਾ ਰਹਿੰਦਾ ਆ, ਅਤੇ ਜੇ ਅਸੀਂ ਕੱਪੜੇ ਵੀ ਧੋਂਦੇ ਹਾਂ ਤਾਂ ਸਾਡੀ ਟੈਪ ਓਨੀ ਦੇਰ ਚੱਲਦੀ ਰਹਿੰਦੀ ਹੈ। ਚੀਜ਼ ਨੂੰ ਅਸੀਂ ਧਿਆਨ 'ਚ ਰੱਖਣਾ ਹੈ ਕਿ ਜਿੰਨੀ ਸਾਨੂੰ ਪਾਣੀ ਦੀ ਜ਼ਰੂਰਤ ਹੈ ਅਸੀਂ ਓਨਾ ਹੀ ਯੂਜ਼ ਕਰੀਏ। ਸੋ ਕਿਸੇ ਨੂੰ ਕੀ ਕਹਿਣਾ ਜੀ, ਮੈਂ ਖੁਦ ਇੱਥੇ ਗਲਤ ਹਾਂ, ਅਤੇ ਆਉਣ ਵਾਲੇ ਟਾਈਮ 'ਚ ਆਪਾਂ ਜ਼ਰੂਰ ਇਸ ਚੀਜ਼ 'ਤੇ ਗੌਰ ਕਰਾਂਗੇ, ਅਤੇ ਜਿਹੜੇ ਵੀਵਰਸ ਦੇਖ ਰਹੇ ਨੇ ਉਹਨਾਂ ਲਈ ਵੀ ਸੇਮ ਮੇਰੇ ਵੱਲੋਂ ਇਹੀ ਹੈ ਜੋ ਇਹਨਾਂ ਨੇ ਕਿਹਾ ਕਿ ਪਾਣੀ ਦੀ ਵੇਸਟੇਜ ਨੂੰ ਆਪਾਂ ਰੋਕੀਏ। ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ, ਤੁਹਾਡੇ ਵਿਚਾਰ ਬਹੁਤ ਵਧੀਆ ਨੇ, ਅਤੇ ਆਓ ਫਿਰ ਚੱਲਦੇ ਹਾਂ ਤੁਹਾਨੂੰ ਲੈ ਕੇ ਸਫਾਈ ਅਭਿਆਨ ਦੇ ਵੱਲ। ਸੋ ਬਿਲਕੁਲ ਜੀ, ਜਿੱਥੇ ਨਿਰੰਕਾਰੀ ਮਿਸ਼ਨ ਦੇ ਜਿਹੜੇ ਪੈਰੋਕਾਰ ਨੇ ਉਹ ਲਗਾਤਾਰ ਨਹਿਰਾਂ ਦੀ ਸਫਾਈ ਕਰ ਰਹੇ ਨੇ, ਉੱਥੇ ਇਸ ਵੇਲੇ ਸਾਡੇ ਕੋਲ ਨਹਿਰੀ ਵਿਭਾਗ ਦੇ ਜਿਹੜੇ ਅਫਸਰ ਪਹੁੰਚੇ ਨੇ ਹਰਬੰਸ ਸਿੰਘ ਜੀ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਠੀਕ ਠਾਕ ਹੋ ਜੀ? ਪਹਿਲਾਂ ਹਾਂਜੀ, ਬਹੁਤ ਵਧੀਆ ਜੀ, ਕਿਰਪਾ ਹੋ ਰਹੀ ਜੀ। ਸਰ, ਅੱਜ ਤੁਸੀਂ ਦੇਖ ਰਹੇ ਹੋ ਵੀ ਕਿਤੇ ਨਾ ਕਿਤੇ ਜਿਹੜਾ ਆ ਨਹਿਰਾਂ ਦੀ ਸਫਾਈ ਕੀਤੀ ਜਾ ਰਹੀ ਆ, ਇੱਕ ਗੁਰੂ ਮਹਾਰਾਜ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ, ਹੈ ਨਾ ਜੀ, ਤੁਹਾਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਕੰਮ ਨਹਿਰੀ ਵਿਭਾਗ ਦਾ? ਨਹਿਰੀ ਵਿਭਾਗ ਜੀ ਸਰ ਕਰ ਰਿਹਾ ਆ, ਪਰ ਪਿੱਛੋਂ ਗੰਦ ਮੰਦ ਬਹੁਤ ਆ ਰਿਹਾ, ਉਹ ਸਾਰਾ ਹੀ ਹੁਣ ਜਮ੍ਹਾਂ ਹੋ ਜਾਂਦਾ ਫਿਰ ਕੱਢਣਾ, ਤੁਹਾਨੂੰ ਪਤਾ ਮਨਰੇਗਾ ਸਕੀਮ ਅਧੀਨ ਹੁੰਦਾ, ਮਹਿਕਮੇ ਦੇ ਕੋਲ ਇੰਪਲਾਈਜ਼ ਹੈ ਨਹੀਂ ਗੇ ਹੁਣ ਇਸ ਟਾਈਮ 'ਤੇ, ਬਹੁਤ ਘੱਟ ਹੈ। ਹਾਂਜੀ ਸਰ, ਤੁਸੀਂ ਕਦੋਂ ਕੁ ਆਏ ਜੀ ਇੱਥੇ? ਇੱਥੇ ਸਰ ਮੈਂ ਤਾਂ ਉੱਦਾਂ ਕਾਫੀ ਚੜਦਾ ਹਾਂ। ਮਤਲਬ ਤੁਸੀਂ ਦੇਖ ਰਹੇ ਹੋ ਵੀ ਕਿੰਨਾ ਕੁ ਜਿਹੜਾ ਮਟੀਰੀਅਲ ਨਹਿਰ ਦੇ ਵਿੱਚੋਂ ਨਿਕਲ ਰਿਹਾ ਜੀ? ਬਹੁਤ ਜ਼ਿਆਦਾ ਮਟੀਰੀਅਲ ਨਿਕਲਦਾ ਜੀ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਲੋਕਾਂ ਦੀ ਗਲਤੀ ਹੈ? ਗਲਤੀ ਆ ਜੀ, ਬਹੁਤ ਗਲਤੀ ਲੋਕਾਂ ਦੀ। ਕੀ ਕਹਿਣਾ ਚਾਹੁੰਦੇ ਹੋ ਸਰ ਅੱਜ ਦੇ ਇਸ ਖਾਸ ਦਿਨ ਬਾਰੇ? ਇਹ ਬਹੁਤ ਵਧੀਆ ਕਦਮ ਹੈ ਜੀ ਜਿਹੜਾ ਇਹਨਾਂ ਨੇ ਸਫਾਈ ਦਾ ਕੀਤਾ, ਬਾਕੀ ਲੋਕਾਂ ਨੂੰ ਆਪਾਂ ਨੂੰ ਸਮਾਜ ਸਾਰਿਆਂ ਨੂੰ ਵਿੱਚ ਗੰਦ ਮੰਦ ਨਹੀਂ ਸੁੱਟਣਾ ਚਾਹੀਦਾ ਨਹਿਰਾਂ ਦੇ ਵਿੱਚ, ਇਹ ਪਾਣੀ ਆਪਣੀ ਫਸਲਾਂ ਨੂੰ ਵੀ ਲੱਗਦਾ ਆ ਅਤੇ ਪਾਣੀ ਆਪਣੇ ਜੀਵ ਜੰਤੂ ਪੀਂਦੇ ਆ ਸਭ। ਹਾਂਜੀ, ਅਤੇ ਨਹਿਰੀ ਵਿਭਾਗ ਦੇ ਵੱਲੋਂ ਤੁਸੀਂ ਸਰ ਕੀ ਕਹਿਣਾ ਚਾਹੁੰਦੇ ਅੱਜ ਦੇ ਇਸ ਕੰਮ ਲਈ? ਅਸੀਂ ਬਹੁਤ ਸ਼ਲਾਘਾ ਇਹਨਾਂ ਦੀ ਕਰਦੇ ਹਾਂ ਜੀ। ਹਾਂਜੀ, ਸੋ ਅੱਜ ਦਾ ਇਹ ਖਾਸ ਦਿਨ ਜਿੱਥੇ ਆਮ ਲੋਕਾਂ ਦੇ ਵੱਲੋਂ ਮਨਾਇਆ ਜਾ ਰਿਹਾ,
ਜਿੱਥੇ ਨਿਰੰਕਾਰੀ ਲੋਕਾਂ ਦੇ ਵੱਲੋਂ ਮਨਾਇਆ ਜਾ ਰਿਹਾ, ਉੱਥੇ ਨਹਿਰੀ ਵਿਭਾਗ ਦੇ ਜਿਹੜੇ ਅਫਸਰ ਨੇ ਉਹ ਵੀ ਇਸ ਸ਼ਲਾਘਾਯੋਗ ਕਦਮ ਦੇ ਵਿੱਚ ਕਿਤੇ ਨਾ ਕਿਤੇ ਆਪਣਾ ਪੈਰ ਰੱਖਣ ਲਈ ਪਹੁੰਚੇ ਨੇ। ਸਰ ਥੈਂਕ ਯੂ, ਤੁਹਾਡਾ ਬਹੁਤ ਸ਼ੁਕਰੀਆ ਜੀ, ਬਹੁਤ ਥੈਂਕ ਯੂ ਸਰ, ਥੈਂਕ ਯੂ ਜੀ। ਸੋ ਬਿਲਕੁਲ ਜੀ, ਸਫਾਈ ਅਭਿਆਨ ਲਗਾਤਾਰ ਚੱਲ ਰਿਹਾ ਅਤੇ ਸੇਵਾਦਾਰਾਂ ਦੇ ਵੱਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਆ ਅਤੇ ਇੱਥੇ ਸਾਡੇ ਅੰਕਲ ਜੀ ਵੀ ਮੌਜੂਦ ਆ। ਮੈਂ ਦੇਖ ਰਿਹਾ ਕਿ ਕਾਫੀ ਏਜਡ ਨੇ, ਉਮਰ ਕਾਫੀ ਆ, ਪਰ ਸੇਵਾ ਦੇ ਵਿੱਚ ਕੋਈ ਕਮੀ ਨਹੀਂ ਨਜ਼ਰ ਆ ਰਹੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸੰਗਤ ਜੀ, ਪਿਆਰ ਸੇ ਕਹੀਏ ਦਰਨੰਕਾਰ ਜੀ। ਹਾਂਜੀ, ਸਤਿ ਸੰਗਤ ਜੀ, ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਰਸ਼ ਵਿੱਚ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਜਲ ਸਰੋਤਾਂ ਦੀ ਸਫਾਈ ਦਾ ਅਭਿਆਨ ਚੱਲ ਰਿਹਾ ਹੈ। ਸਤਿਗੁਰ ਤੀਨ ਕਾਲ ਦਾ ਗਿਆਤਾ ਹੁੰਦਾ ਹੈ। ਸਤਿਗੁਰ ਨੂੰ ਫਿਊਚਰ ਦਾ ਵੀ ਪਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਣੀ ਦੀ ਬਹੁਤ ਦੁਰਦਸ਼ਾ ਹੋ ਰਹੀ ਹੈ, ਤਾਂ ਸਤਿਗੁਰ ਨੇ ਹੁਣੇ ਤੋਂ ਹੀ ਆਪਣੇ ਸੇਵਾਦਾਰਾਂ ਦੁਆਰਾ ਇਸ ਨੂੰ ਸਾਂਭਣ ਦੇ ਅਤੇ ਇਸ ਨੂੰ ਸੰਭਾਲਣ ਦੇ ਮਤਲਬ ਕਿ ਟਿੱਚੇ ਸ਼ੁਰੂ ਕਰ ਦਿੱਤੇ ਹਨ। ਅੱਜ ਪੂਰੇ ਭਾਰਤ ਦੇ ਵਿੱਚ 1600 ਤੋਂ ਵੱਧ ਲੋਕੇਸ਼ਨਸ ਵਿੱਚ ਇਸ ਵੇਲੇ ਜਲ ਦੀ ਸਫਾਈ ਹੋ ਰਹੀ ਹੈਗੀ ਆ। ਸੋ ਇੰਗਲਿਸ਼ ਵਿੱਚ ਕਿਹਾ ਜਾਂਦਾ, ਲਿਟਲ ਆਫ ਦਾ ਐਫਰਟ ਟੁਆਰਡ ਸੇਵਿੰਗ ਵਾਟਰ ਇਟਸ ਕਾਊਂਟਸ। ਸੋ ਇਤਿਹਾਸ ਵਿੱਚ ਸਾਡਾ ਇਹ ਛੋਟਾ ਜਿਹਾ ਕਾਰਿਆ ਵੀ ਜ਼ਰੂਰ ਕਾਊਂਟ ਕੀਤਾ ਜਾਊਗਾ। ਜਿਵੇਂ ਸਾਡੇ ਸੰਯੋਜਕ ਮਹਾਤਮਾ ਜੀ ਨੇ ਕਹਾਣੀ ਸੁਣਾਈ ਸੀ ਕਿ ਇੱਕ ਜਗ੍ਹਾ 'ਤੇ ਅੱਗ ਲੱਗੀ ਸੀਗੀ, ਚਿੜੀ ਆਪਣੀ ਚੁੰਝ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਨੂੰ ਬੁਝਾ ਰਹੀ ਸੀ, ਅਤੇ ਕਿਸੇ ਨੇ ਸਵਾਲ ਕੀਤਾ ਕਿ ਕੀ ਤੁਹਾਡੇ ਇਹਦੇ ਛੋਟੇ ਪਾਣੀ ਦੇ ਨਾਲ ਅੱਗ ਬੁੱਝ ਜਾਊਗੀ। ਤਾਂ ਚਿੜੀ ਦਾ ਜਵਾਬ ਸੀ, ਅੱਗ ਭਾਵੇਂ ਚਾਹੇ ਨਹੀਂ ਬੁਝੇਗੀ, ਪਰ ਸਾਡਾ ਨਾਂ ਅੱਗ ਬੁਝਾਉਣ ਵਾਲਿਆਂ ਵਿੱਚ ਆ ਜਾਊਗਾ। ਤਾਂ ਸਾਡੇ ਸਾਰੇ ਸੇਵਾਦਾਰ ਨਿਕਾਰ ਦਿਸ਼ਾ ਸਤਿਗੁਰੂ ਮਾਤਾ ਦੇ ਦਿਸ਼ਾ ਅਨੁਸਾਰ ਇਸ ਵੇਲੇ ਪੁਰਜੋਗ ਨਾਲ ਨਹਿਰ ਦੀ ਸਫਾਈ ਕਰ ਰਹੇ ਆ। ਪੂਰੇ ਭਾਰਤ ਵਰਸ਼ ਵਿੱਚ ਜਲ ਸਰੋਤਾਂ ਦੀ ਸਫਾਈ ਹੋ ਰਹੀ ਹੈ। ਸੋ ਹੋਰ ਸਾਡੀਆਂ ਭੈਣਾਂ ਵੀ ਨਾਲ ਮੌਜੂਦ ਹੈਗੀਆਂ ਜੀ, ਅਤੇ ਭੈਣਾਂ ਵੀ ਲਗਾਤਾਰ ਜਿਹੜੀ ਆ ਉਹ ਸਫਾਈ ਅਭਿਆਨ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ, ਕਿਉਂਕਿ ਆਪਾਂ ਦੇਖ ਸਕਦੇ ਹਾਂ ਕਿ ਅਕਸਰ ਆਪਾਂ ਨੂੰ ਆਪਣੇ ਘਰਾਂ ਦੀ ਸਫਾਈ ਕਰਨੀ ਔਖੀ ਹੋ ਜਾਂਦੀ ਆ। ਆਪਾਂ ਕਹਿੰਦੇ ਯਾਰ ਇੱਕ ਕਮਰਾ ਕਰ ਲਿਆ, ਅੱਧਾ ਘੰਟਾ ਰੈਸਟ ਕਰੀਏ, ਆਪਾਂ ਫਿਰ ਦੂਸਰੇ ਕਮਰੇ ਨੂੰ ਹੱਥ ਪਾਉਂਦੇ ਹਾਂ। ਪਰ ਇੱਥੇ ਮੈਂ ਦੇਖ ਰਿਹਾ ਕਿ ਹਰ ਇੱਕ ਜਿੰਨੇ ਵੀ ਸੇਵਾਦਾਰ ਸੇਵਾ ਕਰ ਰਿਹਾ, ਹਰ ਇੱਕ ਸੇਵਾਦਾਰ ਦੇ ਵਿੱਚ ਇੱਕ ਵੱਖਰਾ ਜੋਸ਼ ਜਿਹੜਾ ਦੇਖਣ ਨੂੰ ਨਜ਼ਰ ਆ ਰਿਹਾ। ਅਤੇ ਭੈਣਾਂ ਇੱਥੇ ਖੜੀਆਂ ਨੇ, ਭੈਣਾਂ ਨਾਲ ਵੀ ਕਰਦੇ ਗੱਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਸੰਗ ਜੀ, ਪਿਆਰ ਸੇ ਕਹਿਣਾ ਜੀ, ਧੰਨਕਾਰ ਜੀ। ਸਤਸੰਗ ਜੀ, ਇਹ ਜੋ ਪ੍ਰੋਜੈਕਟ ਹੈ ਸਤਿਗੁਰ ਮਾਤਾ ਸੁਦੀਕਸ਼ਾ ਮਾਤਾ ਜੀ ਦੇ ਨਿਰਦੇਸ਼ਾਂ ਅਨੁਸਾਰ ਸਵੱਛ ਮਨ ਸਵੱਛ ਜਲ, ਤੋਂ ਪਿਆਰੀ ਸਤਸੰਗ, ਅਤੇ ਜੋ ਸਾਡੇ ਨਕੋਦਰ ਬ੍ਰਾਂਚ ਦੇ ਸੰਯੋਜਕ ਮਹਾਤਮਾ ਸਰਦਾਰ ਗੁਰਦਿਆਲ ਸਿੰਘ ਭਾਟੀਆ ਜੀ, ਉਹਨਾਂ ਦੀ ਰਹਿਨੁਮਾਈ ਹੇਠ ਇਹ ਜੋ ਪ੍ਰੋਜੈਕਟ ਹੋ ਰਿਹਾ ਹੈ। ਤੋਂ ਪਿਆਰੀ ਸਤਸੰਗ ਜੀ, ਸਤਿਗੁਰੂ ਨੇ ਇਹ ਫਰਮਾਇਆ ਹੈ ਕਿ ਜੇਕਰ ਜਲ ਸਵੱਛ ਹੈ ਤਾਂ ਮਨ ਵੀ ਸਵੱਛ ਹੈ, ਤੋ ਜਲ ਸੇਵ ਕਰਨਾ ਹੈ। ਪਿਆਰੀ ਸਾਧ ਸੰਗਤ, ਉਹਨਾਂ ਨੇ ਇਹੀ ਸਮਝਾਇਆ ਹੈ। ਤੋ ਆਓ, ਅਸੀਂ ਅੱਜ ਜਲ ਸਰੋਤ ਦੀ ਸਫਾਈ ਕਰ ਰਹੇ ਹਾਂ, ਸਾਰਾ ਸੇਵਾ ਦਲ ਔਰ ਸਾਰੀ ਸਾਧ ਸੰਗਤ ਇਕੱਠੇ ਹੋ ਕੇ ਸਤਿਗੁਰ ਮਾਤਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਜੋ ਪ੍ਰੋਜੈਕਟ ਹੈ, ਅਤੇ ਅਸੀਂ ਉਹਨਾਂ ਦੇ ਹੁਕਮਾਂ ਨੂੰ ਇਨ ਵਿਨ ਮੰਨਦੇ ਹੋਏ ਇਹ ਸੇਵਾ ਦੇ ਵਿੱਚ ਭਾਗ ਲੈ ਰਹੇ ਹਾਂ। ਤੋ ਪਿਆਰੀ ਸਾਧ ਸੰਗਤ ਜੀ, ਪਿਆਰ ਸਿਕਾਨਾ ਜੀ, ਧੰਨਵਾਦ। ਸੋ ਬਿਲਕੁਲ ਜੀ, ਇੱਥੇ ਸਾਡੇ ਨਾਲ ਸ਼ਹਿਰ ਤੋਂ ਜੇ ਗੱਲ ਕਰੀਏ ਤੇਜਾ ਭਾਅ ਜੀ, ਉਹ ਵੀ ਸਾਡੇ ਨਾਲ ਮੌਜੂਦ ਨੇ ਅਤੇ ਬਹੁਤ ਮਾਣਯੋਗ ਸ਼ਖਸੀਅਤ ਹੈ ਇਸ ਇਲਾਕੇ ਦੀ। ਅਤੇ ਭਾਅ ਜੀ ਨੂੰ ਮੈਂ ਪੁੱਛਣਾ ਚਾਹੂੰਗਾ, ਭਾਅ ਜੀ ਜਿਹੜਾ ਅੱਜ ਦਾ ਇਹ ਖਾਸ ਦਿਨ ਹੈ, ਇਹਦੇ ਵਿੱਚ ਲਗਾਤਾਰ ਸੇਵਾ ਮੈਂ ਦੇਖ ਰਿਹਾ ਸਾਰੇ ਕਰ ਰਹੇ ਨੇ, ਅਤੇ ਜਿੰਨੀ ਵੀ ਤੁਹਾਡੀ ਟੀਮ ਆ ਸਾਰੇ ਲੱਗੇ ਹੋਏ ਨੇ, ਮਤਲਬ ਕਿਸੇ ਨੂੰ ਇੱਦਾਂ ਨਹੀਂ ਲੱਗ ਰਿਹਾ ਕਿ ਕੋਈ ਵੱਡਾ ਹੈ ਕੋਈ ਛੋਟਾ ਹੈ, ਕੀ ਕਹਿਣਾ ਚਾਹੋਗੇ ਇਹਨਾਂ ਵਿਚਾਰਾਂ ਬਾਰੇ? ਸੋ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਥੈਂਕਸ ਹੈ, ਧੰਨਵਾਦ ਜੀ, ਤੁਸੀਂ ਆਪਣੀ ਟੀਮ ਨੂੰ ਲੈ ਕੇ ਇੱਥੇ ਪਹੁੰਚੇ ਹੋ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਰਵੰਸ ਸਿੰਘ ਜੀ ਸਾਡੇ ਦਰਮਿਆਨ ਵਿਚਕਾਰ ਸਾਡੇ ਮੌਜੂਦ ਨੇ, ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ, ਲੈਟਰ ਪਾਈ ਇਹਨਾਂ ਨੂੰ, ਅਤੇ ਸਾਨੂੰ ਸਮਾਂ ਮਿਲ ਗਿਆ ਕਿ ਤੁਸੀਂ ਨਹਿਰ ਦੀ ਜੋ ਸਫਾਈ ਹੈ ਕਰ ਸਕਦੇ ਹਾਂ। ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦਾ ਜਨਮ ਦਿਨ ਹੈ, ਸਾਡੇ ਸੇਵਾ ਦਲ ਦੇ ਜਿੰਨੇ ਵੀ ਪੈਰੋਕਾਰ ਨੇ ਨਿਰੰਕਾਰੀ ਮਿਸ਼ਨ ਦੇ, ਉਹ ਸੇਵਾ ਨੂੰ ਹੀ ਪਹਿਲ ਦਿੰਦੇ ਨੇ ਹਰ ਇੱਕ ਜਗ੍ਹਾ ਦੇ ਉੱਤੇ, ਜਿੰਨੇ ਵੀ ਚਾਹੇ ਹੋਸਪਿਟਲ ਹੋਣ, ਚਾਹੇ ਰੇਲਵੇ ਸਟੇਸ਼ਨ ਹੋਣ, ਚਾਹੇ ਬੱਸ ਸਟੈਂਡ ਹੋਣ, ਚਾਹੇ ਜਿੰਨੇ ਵੀ ਧਾਰਮਿਕ ਸੰਸਥਾਵਾਂ, ਮਤਲਬ ਜਿੰਨੇ ਚਾਹੇ ਨਹਿਰੀ ਵਿਭਾਗ ਹੈ,
ਔਰ ਇਹਨਾਂ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਔਰ ਇਸ ਸਾਲ ਵੀ ਮਤਲਬ ਸੇਵਾ ਦਾ ਜੋ ਹੈ ਸਾਡਾ ਸੇਵਾ ਦਲ ਪੂਰਾ ਜਿਸ ਤਰ੍ਹਾਂ ਲੱਗਾ ਹੋਇਆ ਹੈ। ਸੋ ਜਿਸ ਤਰ੍ਹਾਂ ਹੁਣ ਭੈਣ ਜੀ ਨੇ ਦੱਸਿਆ ਕਿ ਮਨ ਅਗਰ ਸੁੰਦਰ ਹੈ ਤਾਂ ਫਿਰ ਸਤਸੰਗ ਸਾਰਾ ਕੁਝ ਸੁੰਦਰ ਲੱਗੇਗਾ। ਜਲ ਨੂੰ ਸਤਸੰਗ ਪਹਿਲ ਦਿੱਤੀ ਗਈ ਇਸ ਵਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੇ ਕਿ ਅਗਰ ਨਹਿਰਾਂ ਦੀ ਜਿਸ ਤਰ੍ਹਾਂ ਸਫਾਈ ਹੋਵੇ, ਚਾਹੇ ਸਮੁੰਦਰ ਹੋਣ, ਤਲਾਅ ਟੋਭੇ ਹੋਣ, ਜਿੰਨੇ ਵੀ ਸਤਸੰਗ ਜਲ ਦੇ ਨਾਲ ਪ੍ਰੋਜੈਕਟ ਜੁੜੇ ਹੋਏ ਨੇ ਔਰ ਉਹਨਾਂ ਦੀ ਸਫਾਈ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਸਤਿਗੁਰੂ ਮਾਤਾ ਜੀ ਨੇ ਆਦੇਸ਼ ਦਿੱਤੇ ਕਿ ਇਹਨਾਂ ਦੀ ਸਫਾਈ ਜੋ ਹੈ ਅਵੱਸ਼ ਹੈ। ਅਗਰ ਸਤਸੰਗ ਜੀ ਸਾਡੇ ਜੋ ਪ੍ਰਦੂਸ਼ਣ ਹੈ ਬਾਹਰਲਾ ਹੋਵੇ ਚਾਹੇ ਅੰਦਰਲਾ ਹੋਵੇ, ਉਹ ਇੱਕ ਬਰਾਬਰ ਹੈ। ਸੋ ਸਾਨੂੰ ਸਫਾਈ ਦਾ ਜੋ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਇਸ ਵਾਰ ਨਹਿਰ ਦੀ ਸਫਾਈ, ਪਿਛਲੇ ਸਾਲ ਵੀ ਨਹਿਰ ਦਾ ਸੀਗਾ ਸੀ, ਤਾਂ ਇਸ ਵਾਰ ਵੀ ਜੋ ਨਹਿਰ ਦਾ ਸਫਾਈ ਦਾ ਜੋ ਕਾਰਜ ਹੈ ਸੁਖਾਈ ਚੱਲ ਰਿਹਾ ਹੈ। ਸੋ ਅਸੀਂ ਧੰਨਵਾਦੀ ਹਾਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੇ ਜੋ ਸਾਨੂੰ ਆਪਣੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਚਲਾ ਰਹੇ ਨੇ ਔਰ ਅੱਗੇ ਤੋਂ ਅਸੀਂ ਆਸ ਕਰਦੇ ਹਾਂ ਕਿ ਸਤਿਗੁਰੂ ਮਾਤਾ ਜੀ ਦੇ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਕਿ ਸਤਿਗੁਰੂ ਮਾਤਾ ਜੀ ਜਿਸ ਤਰ੍ਹਾਂ ਆਪ ਜੀ ਦੇ ਆਦੇਸ਼, ਆਪ ਜੀ ਦਾ ਜੋ ਹੁਕਮ ਆਵੇ ਅਸੀਂ ਇਨ ਬਿਨ ਮੰਨ ਸਕੀਏ। ਸਤਸੰਗ ਜੀ ਪਿਆਰ ਨਾਲ ਕਹਿਣਾ ਧੰਨ ਅੰਕਾਰ ਜੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਔਰ ਬਹੁਤ ਖੁਸ਼ੀ ਹੋਈ ਅੱਜ ਦੇ ਇਸ ਮਿਸ਼ਨ ਦੇ ਨਾਲ ਜੁੜੇ ਹੋਏ ਸਾਰੇ ਪੈਰੋਕਾਰਾਂ ਨੂੰ ਦੇਖ ਕੇ ਅਤੇ ਬਹੁਤ ਮਨ ਨੂੰ ਸਕੂਨ ਮਿਲਿਆ ਕਿਉਂਕਿ ਆਪਣੇ ਘਰ ਦੀ ਸਫਾਈ ਤੋਂ ਇਲਾਵਾ ਜੇ ਸੋਚਿਆ ਜਾਵੇ ਬਾਹਰ ਦੀ ਸਫਾਈ ਕਰਨੀ ਤਾਂ ਉਹ ਅੱਜ ਇਸ ਮਿਸ਼ਨ ਤੋਂ ਮੈਨੂੰ ਵੀ ਸਿੱਖਣ ਨੂੰ ਮਿਲਿਆ। ਮੈਂ ਸੁੱਖਾ ਬਸ਼ਰ, ਕੈਮਰਾਮੈਨ ਦੀਪੂ ਦੇ ਨਾਲ ਤੁਹਾਨੂੰ ਇਸੇ ਤਰ੍ਹਾਂ ਫਿਰ ਮਿਲਦੇ ਹਾਂ ਕਿਸੇ ਹੋਰ ਵੱਡੀ ਖਬਰ ਦੇ ਨਾਲ। ਸਤਿਗੁਰੂ ਹੈ ਭਗਵਾਨ, ਮੁਝਕੋ ਤੇਰੇ ਪੇ ਹੈ ਦਾਤਾ ਮਾਨ, ਤੂੰ ਹੀ ਆਨ ਮੇਰੀ, ਤੂੰ ਹੀ ਸ਼ਾਨ ਮੇਰੀ, ਤੂੰ ਹੀ ਜੀਵਨ ਹੈ ਤੂੰ ਹੀ ਪਰਾਂ, ਤੇਰੇ ਚਰਨੋ ਮੇ ਹੈ ਅਰਦਾਸ, ਕਰੋ ਸਿਮਰਨ ਤੇਰਾ ਹਰ ਸਵਾਸ, ਤੇਰੇ ਚਰਨੋ ਮੇ ਹੈ ਅਰਦਾਸ, ਕਰੋ ਸਿਮਰਨ ਤੇਰਾ ਹਰ ਸਵਾਸ, ਸੰਤੋ ਦੀ ਸੇਵਾ ਬਣ ਜਾਏ ਸੇਵਾ, ਹੋ ਮੇ ਨਿੰਦਾ ਸੇ ਰਹੇ ਦੂਰ ਵਾ, ਸ਼ਾਨ ਮੇਰੀ, ਤੂੰ ਹੀ ਜੀਵਨ ਹੈ ਤੂੰ ਹੀ ਪਰਾਂ, ਹੇ ਸਤਿਗੁਰੂ ਹੇ ਭਗਵਾਨ, ਮੇਰੇ ਪਿਆਰੇ ਤੇਰਾ ਲੈ ਕੇ ਨਾਮ ਦਾ ਤਾਰੇ ਤੇਰਾ, ਮਾਨੋ ਜਗ ਮੇਰੇ ਪਿਆਰੇ ਮੇਰੀ, ਤੂੰ ਹੀ ਸ਼ਾਨ ਔਰ 763 ਬ੍ਰਾਂਚਿਸ ਦੇ ਵਿੱਚ ਇਹ ਪ੍ਰੋਜੈਕਟ ਅੰਮ੍ਰਿਤ ਚਲਾਇਆ ਜਾ ਰਿਹਾ ਹੈ ਔਰ ਤਕਰੀਬਨ ਅਪਰੋਕਸੀਮੇਟਲੀ  3.5 ਲੱਖ ਵਲੰਟੀਅਰਸ ਜਿਹੜੇ ਨਿਰੰਕਾਰੀ ਮਿਸ਼ਨ ਦੇ ਨੇ ਉਹ ਅੱਜ ਦੇ ਦਿਨ ਦੇ ਵਿੱਚ ਇਹ ਪ੍ਰੋਜੈਕਟ ਅੰਮ੍ਰਿਤ ਨੂੰ ਸਤਸੰਗਤ ਨੇਪਰੇ ਚਾੜਨ ਦੇ ਸਤਸੰਗਤ ਕੋਸ਼ਿਸ਼ ਕਰ ਰਹੇ ਨੇ ਆਪਣੇ ਸਤਿਗੁਰੂ ਦੇ ਆਸ਼ੀਰਵਾਦ ਦੁਆਰਾ।
ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੇ ਆਸ਼ੀਰਵਾਦ ਦੁਆਰਾ ਔਰ ਸਾਧ ਸੰਗਤ ਅਤੇ ਸਾਰੀ ਜਿਹੜੀ ਇੰਸਪੀਰੇਸ਼ਨ ਹੈ ਇਹ ਸਾਨੂੰ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਦੇ ਕੋਲੋਂ ਮਿਲੀ ਹੈ, ਕਿਉਂਕਿ ਸਾਧ ਸੰਗਤ 23 ਫਰਵਰੀ ਉਹਨਾਂ ਦਾ ਜਨਮਦਿਨ ਔਰ ਸਾਧ ਸੰਗਤ ਉਸ ਜਨਮਦਿਨ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਕਲੀਨਲੀਨੈਸ ਪ੍ਰੋਗਰਾਮ ਦੀ ਔਰ ਸਾਧ ਸੰਗਤ ਉਸ ਕਲੀਨਲੀਨੈਸ ਪ੍ਰੋਗਰਾਮ ਦੇ ਨਾਲ ਨਾਲ ਹੀ ਇਸ ਸਾਲ ਔਰ ਸਾਧ ਸੰਗਤ 2023 ਤੋਂ ਸਾਧ ਸੰਗਤ ਇਸ ਪ੍ਰੋਜੈਕਟ ਅੰਮ੍ਰਿਤ ਦੀ ਸ਼ੁਰੂਆਤ ਸੁਦੀਕਸ਼ਾ ਮਾਤਾ ਜੀ ਨੇ ਕੀਤੀ ਔਰ ਸਾਧ ਸੰਗਤ ਪਿਛਲੇ ਸਾਲ ਵੀ ਇਹਨਾਂ ਮਹਾਨੋ ਬਹੁਤੀਆਂ ਨੇ ਦਰਸ਼ਨ ਕੀਤੇ ਸਨ। ਸਾਡੇ ਪ੍ਰਿੰਸੀਪਲ ਮਹਾਤਮਾ ਪ੍ਰਬਲ ਜੋਸ਼ੀ ਜੀ ਸਾਧ ਸੰਗਤ ਇਹ ਵੀ ਪਿਛਲੇ ਸਾਲ ਵੀ ਹਾਜ਼ਰ ਸੀ, ਬੜਾ ਸਾਧ ਸੰਗਤ ਥੈਂਕ ਯੂ ਇਹਨਾਂ ਦਾ ਬਹੁਤ ਜ਼ਿਆਦਾ, ਅੱਜ ਵੀ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਔਰ ਸਾਧ ਸੰਗਤ ਨਾਲ ਹੀ ਨਾਲ ਸਾਡੇ ਪਿਆਰੇ ਗੌਰਵ ਜੈਨ ਜੀ ਸਾਧ ਸੰਗਤ ਜਿਹੜੇ ਸੋਸ਼ਲ ਵਰਕਰ ਵੀ ਨੇ ਔਰ ਸਾਧ ਸੰਗਤ ਹੁਣ ਸਿਟੀ ਕਾਂਗਰਸ ਦੇ ਪ੍ਰਧਾਨ ਵੀ ਨੇ ਸਾਧ ਸੰਗਤ ਔਰ ਨਾਲ ਦੇ ਨਾਲ ਹੀ ਸਾਡੇ ਸੁਨੀਲ ਕੁਮਾਰ ਮਹਾਜਨ ਜੀ ਇਹ ਸਾਧ ਸੰਗਤ ਜਿਹੜੇ ਕਿ ਕੌਂਸਲਰਸ ਨੇ ਨਕੋਦਰ ਦੇ ਔਰ ਸਾਧ ਸੰਗਤ ਬਾਖੂਬੀ ਇਹ ਕੰਮ ਕੀਤਾ ਜਾ ਰਿਹਾ ਹੈ ਇਹਨਾਂ ਵੱਲੋਂ ਆਪਣੀਆਂ ਆਪਣੀਆਂ ਵਾਰਡਸ ਦੇ ਵਿੱਚ ਔਰ ਸਾਧ ਸੰਗਤ ਸਾਨੂੰ ਜੋ ਆਦੇਸ਼ ਉਪਦੇਸ਼ ਮਿਲਦਾ ਹੈ ਕਿ ਵਾਕਈ ਪਾਣੀ ਦੇਖਦੇ ਦੇਖਦੇ ਹੀ ਸਾਡੇ ਹੱਥਾਂ ਦੇ ਵਿੱਚੋਂ ਕਿਤੇ ਨਿਕਲ ਨਾ ਜਾਏ, ਕਿ ਸਾਧ ਸੰਗਤ ਆਓ ਇਸ ਦੀ ਸੰਭਾਲ ਕਰ ਲਈਏ, ਇਸ ਪਾਣੀ ਨੂੰ ਸੰਭਾਲ ਲਈਏ, ਕਿਉਂਕਿ ਸਾਧ ਸੰਗਤ ਜੀ ਪਿਆਰ ਸੇ ਕਹਿਣਾ ਤਾਂ ਨਿਰੰਕਾਰ ਜੀ ਅੱਜ ਬਹੁਤ ਹੀ ਖੁਸ਼ੀਆਂ ਦਾ ਸਮਾਂ ਹੈ ਜੋ ਸਤਿਗੁਰ ਦੇ ਆਦੇਸ਼ ਮੁਤਾਬਕ ਅਸੀਂ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਇੱਕ ਵਾਰ ਫਿਰ ਤੋਂ ਜਲ ਸੰਸਥਾਨਾਂ ਦੀ ਸਾਫ਼ ਸਫਾਈ ਕਰਨ ਵਾਸਤੇ ਫਿਰ ਟੀਚਾ ਚੁੱਕਿਆ ਹੈ, ਕਿਉਂਕਿ ਕਹਿੰਦੇ ਹਨ ਜਲ ਵੀ ਚੰਚਲ ਹੈ ਅਤੇ ਮਨ ਵੀ ਚੰਚਲ ਹੈ, ਅਗਰ ਇਹਨਾਂ ਦੋਨਾਂ ਨੂੰ ਕਾਬੂ ਕਰ ਲਿਆ ਜਾਏ ਤਾਂ ਫਿਰ ਸੰਸਾਰ 'ਚ ਖੁਸ਼ੀਆਂ ਹੀ ਖੁਸ਼ੀਆਂ ਹਨ। ਜਲ ਦੀ ਸਫਾਈ ਰੱਖਾਂਗੇ ਤਾਂ ਸਾਡੇ ਤਨ ਦੀ ਤੰਦਰੁਸਤੀ ਰਹੇਗੀ, ਮਨ ਦੀ ਸਵੱਸਥਾ ਰੱਖਣ ਵਾਸਤੇ ਸਤਿਗੁਰ ਦਾ ਜੋ ਬ੍ਰਹਮ ਗਿਆਨ ਹੈ, ਅਗਰ ਮਨ ਸਵੱਛ ਹੈ ਤਾਂ ਫਿਰ ਇਹ ਭਾਵ ਉਪਜਣਗੇ ਪਰਉਪਕਾਰ ਦੇ, ਕਿਉਂਕਿ ਹਰ ਇਨਸਾਨ ਦੁਨੀਆ 'ਤੇ ਆਪਣੇ ਵਾਸਤੇ ਜੀ ਰਿਹਾ ਹੈ। ਕਹਿੰਦੇ ਹਨ ਆਪਣੇ ਲਈ ਜੀਏ ਤੋ ਕਿਹਾ ਜੀਏ, ਇਹ ਮਨ ਤੋਂ ਜੀ ਜਮਾਨੇ ਕੇ ਲੀਏ, ਆਪਣੇ ਵਾਸਤੇ ਤਾਂ ਹਰ ਕੋਈ ਜੀਂਦਾ ਹੈ ਪਰ ਸਤਿਗੁਰ ਦੀ ਇਹ ਪਰਉਪਕਾਰ ਦੀ ਭਾਵਨਾ ਹੈ ਜਿੱਥੇ ਅਸੀਂ ਆਪਣਾ ਆਪ ਸਾਫ਼ ਰੱਖਣਾ ਹੈ, ਮਨ ਰੱਖਣਾ ਹੈ, ਆਲਾ ਦੁਆਲਾ ਸਾਫ਼ ਰੱਖਣਾ ਹੈ, ਉੱਥੇ ਦੁਨੀਆ ਵਾਸਤੇ ਵੀ ਕਾਰਜ ਕਰਨੇ ਹਨ, ਜੋ ਪ੍ਰਕਿਰਤੀ ਹੈ ਇਸ ਵਿੱਚ ਅਸੀਂ ਵਿਚਰਨ ਕਰਨਾ ਹੈ, ਇਸ ਦੀ ਸਾਂਭ ਸੰਭਾਲ ਕਰਨੀ ਹੈ, ਜਿੱਥੇ ਅਸੀਂ ਦਰੱਖਤਾਂ ਨੂੰ ਪੌਦੇ ਰੂਪ 'ਚ ਲਗਾਉਂਦੇ ਹਾਂ ਫਿਰ ਉਹ ਵੱਡੇ ਹੋ ਕੇ ਸਾਨੂੰ ਛਾਇਆ ਦਿੰਦੇ ਹਨ, ਫਲ ਦਿੰਦੇ ਹਨ, ਲੱਕੜ ਦਿੰਦੇ ਹਨ ਇਮਾਰਤਾਂ ਬਣਾਉਣ ਵਾਸਤੇ, ਇਸ ਤਰ੍ਹਾਂ ਅਗਰ ਅਸੀਂ ਜਲ ਦੀ ਸੰਭਾਲ ਕਰਦੇ ਹਾਂ ਇਹ ਸਾਡੇ ਜਿੱਥੇ ਪੀਣ ਦੇ ਕੰਮ ਆਉਂਦਾ ਹੈ, ਘਰ ਦੇ ਸਾਫ਼ ਸਫਾਈ ਵਾਸਤੇ ਕੰਮ ਆਉਂਦਾ ਹੈ, ਫਸਲਾਂ ਵਾਸਤੇ ਆਉਂਦਾ ਹੈ, ਅਗਰ ਪਾਣੀ ਹੋਏਗਾ ਤਾਂ ਫਸਲਾਂ ਹੋਣਗੀਆਂ, ਫਸਲਾਂ ਹੋਣਗੀਆਂ ਤਾਂ ਸਾਨੂੰ ਖੁਰਾਕ ਮਿਲੇਗੀ, ਇਸ ਵਾਸਤੇ ਸਤਿਗੁਰੂ ਸਮੇਂ ਸਮੇਂ 'ਤੇ ਸਾਨੂੰ ਚੇਤੰਨ ਕਰਦੇ ਹਨ ਕਿ ਅਸੀਂ ਜਿਤਨੇ ਵੀ ਜਲ ਦੇ ਸਰੋਤ ਹਨ ਉਹਨਾਂ ਨੂੰ ਸਾਫ਼ ਸੁਥਰਾ ਰੱਖਣਾ ਹੈ, ਸਾਫ਼ ਸੁਥਰਾ ਰੱਖਾਂਗੇ ਤਾਂ ਉਹ ਜਲ ਵਧੀਆ ਹੋਏਗਾ ਤਾਂ ਫਸਲਾਂ ਵਾਸਤੇ ਵੀ ਉਪਜਾਊ ਹੋਊਗਾ, ਅਤੇ ਇਸ ਵਾਸਤੇ ਇਸ ਵਾਰ ਵੀ ਜੋ ਮਿਸ਼ਨ ਅੰਮ੍ਰਿਤ ਹੈ ਇਸ ਦੇ ਤਹਿਤ ਅਸੀਂ ਫਿਰ ਤੋਂ ਇੱਕ ਵਾਰ ਜੋ ਨਕੋਦਰ ਦੀ ਨਹਿਰ ਹੈ ਬਾਈਪਾਸ ਵਾਲੀ ਇਸ ਨੂੰ ਸਾਫ਼ ਸੁਥਰਾ ਕਰਨਾ ਹੈ ਅਤੇ ਲੋਕਾਂ 'ਚ ਸੰਦੇਸ਼ ਦੇਣਾ ਹੈ ਕਿ ਇਹ ਇੱਕ ਦਿਨ ਦਾ ਅਭਿਆਨ ਨਹੀਂ, ਇਹਨੂੰ ਹਰ ਦਿਨ ਰੱਖਣਾ ਹੈ, ਇੱਕ ਦਿਨ ਦੀ ਸਫਾਈ ਨਾਲ ਗੱਲ ਬਣਨ ਵਾਲੀ ਨਹੀਂ, ਇਸ ਦਾ ਅਸੀਂ ਸੁਭਾਅ ਬਣਾ ਲੈਣਾ ਹੈ ਕਿ ਜੋ ਜਲ ਦੇ ਸਰੋਤ ਹਨ ਜਿੱਥੇ ਇਸ ਨੂੰ ਅਸੀਂ ਨਦੀਆਂ ਨੂੰ ਮਾਂ ਦਾ ਦਰਜਾ ਦਿੰਦੇ ਹਾਂ ਤਾਂ ਅਸੀਂ ਅੰਧ ਵਿਸ਼ਵਾਸਾਂ ਕਾਰਨ ਇਹਨਾਂ ਨੂੰ ਗੰਦਾ ਵੀ ਕਰ ਰਹੇ ਹਾਂ। ਬਾਹਰਲੇ ਦੇਸ਼ਾਂ ਜਿੱਥੇ ਸਿਰਫ ਨਦੀਆਂ ਨੂੰ ਨਦੀਆਂ ਸਮਝਿਆ ਜਾਂਦਾ ਹੈ ਉਹ ਬਿਲਕੁਲ ਸਾਫ਼ ਹਨ ਤਾਂ ਅਸੀਂ ਇਹਨਾਂ ਨੂੰ ਮਾਤਾ ਦਾ ਦਰਜਾ ਦਿੰਦੇ ਹਾਂ ਅਤੇ ਅੰਧ ਵਿਸ਼ਵਾਸ ਕਾਰਨ ਇਹਨਾਂ ਨੂੰ ਗੰਦਾ ਕਰਦੇ ਹਾਂ, ਇਹਨਾਂ ਵਿੱਚ ਗੰਦਗੀ ਨਹੀਂ ਪਾਉਣੀ, ਇਹਨਾਂ ਨੂੰ ਸਾਫ਼ ਸੁਥਰਾ ਰੱਖਣਾ ਹੈ। ਤੋ ਇਸੇ ਤਹਿਤ ਅਸੀਂ ਸਾਰੇ ਇਕੱਠੇ ਹੋਏ ਹਾਂ, ਇਸ ਵਿੱਚ ਸਾਰਿਆਂ ਨੇ ਯੋਗਦਾਨ ਦੇਣਾ ਹੈ, ਤੋ ਹਰ ਦਿਨ ਅਸੀਂ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਰੱਖਣਾ, ਜਲ ਸਾਫ਼ ਰੱਖਣੇ ਹਨ,
ਤੋਂ ਪਿਆਰ ਸਿਕਾਣਾ ਜੀ ਧੰਨਵਾਦ। ਸੰਗਤ ਪੂਰਾ ਪੂਰਾ ਸੰਤ ਨਿਰੰਕਾਰੀ ਮਿਸ਼ਨ ਦਾ ਸਾਥ ਦਿੱਤਾ ਹੈ, ਇਸ ਦੇ ਅੰਡਰ ਹੀ ਸਤਸੰਗ ਅਤੇ ਜੋ ਪ੍ਰੋਜੈਕਟ ਅੰਮ੍ਰਿਤ ਦੀ ਜੋ ਇਹ ਸਤਸੰਗ ਅਭਿਆਨ ਹੈ ਚਲਾਇਆ ਜਾ ਰਿਹਾ ਹੈ। ਔਰ ਸਤਸੰਗ ਦਾਸ ਦੇ ਨਾਲ ਦੱਸਦਾ ਹੈ ਕਿ ਨੌਰਥ ਦੇ ਵਿੱਚ ਲੇਹ ਲਦਾਖ, ਸਾਊਥ 'ਚ ਕੇਰਲਾ, ਈਸਟ 'ਚ ਤ੍ਰਿਪੁਰਾ ਔਰ ਵੈਸਟ ਦੇ ਵਿੱਚ ਗੁਜਰਾਤ, ਇਹ ਸਤਸੰਗਤ ਚਾਰ ਜਿਹੜੀਆਂ ਬਿਗ ਸਟੇਟਸ ਦੇ ਸਤਸੰਗ, ਇਹਨਾਂ ਦੇ ਇੰਕਲੂਡ ਸਤਸੰਗ ਅੱਜ ਇਹ ਪ੍ਰੋਜੈਕਟ ਅੰਮ੍ਰਿਤ ਦਾ ਅਭਿਆਨ ਚਲਾਇਆ ਜਾ ਰਿਹਾ ਹੈ। ਔਰ ਕਹਿੰਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਸਤਸੰਗ ਮੈਨੂੰ। ਔਰ ਦਾਸ ਹੁਣ ਸਭ ਤੋਂ ਪਹਿਲਾਂ ਇਹ ਮਾਈਕ ਪਕੜਾਉਣ ਜਾ ਰਿਹਾ ਹੈ। ਅੱਜ ਅਸੀਂ ਇੱਕ ਨੋਬਲ ਕੌਜ਼ ਲਈ ਇਕੱਠੇ ਹੋਏ ਹਾਂ। ਮੈਂ ਇਸ ਮੌਕੇ 'ਤੇ ਬਾਬਾ ਹਰਦੇਵ ਸਿੰਘ ਜੀ ਦੇ ਬਰਥਡੇ ਦੇ ਉੱਪਰ ਆਪ ਸਭ ਨੂੰ ਮੁਬਾਰਕਾਂ ਦਿੰਦਾ ਹਾਂ। ਨਾਲ ਹੀ ਜੇ ਅਸੀਂ ਦੇਖੀਏ ਪਾਣੀ ਦੀ ਸੰਭਾਲ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਲਾਈਨ ਆਉਂਦੀ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾ। ਪਾਣੀ ਨੂੰ ਅਸੀਂ ਪਿਤਾ ਦਾ ਇੱਕ ਦਰਜਾ ਦਿੱਤਾ ਹੈ। ਜਦੋਂ ਇਸ ਦੁਨੀਆ ਦਾ ਨਿਰਮਾਣ ਹੋਇਆ ਤਾਂ ਸਭ ਤੋਂ ਪਹਿਲਾਂ ਪਾਣੀ ਹੀ ਸੀਗਾ। ਉਸ ਪਾਣੀ ਦੇ ਵਿੱਚ ਛੋਟੇ ਛੋਟੇ ਜੀਵ ਪੈਦਾ ਹੁੰਦੇ 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 ਅੱਗੇ ਡਿਵੈਲਪਮੈਂਟ ਹੋਈ। ਔਰ ਕਾਫੀ ਟਾਈਮ ਤੋਂ ਅਸੀਂ ਇਸ ਪਾਣੀ ਨੂੰ ਯੂਟੀਲਾਈਜ਼ ਕਰ ਕਰਕੇ ਖਤਮ ਕਰਦੇ ਜਾ ਰਹੇ ਹਾਂ। ਜੇ ਆਪਾਂ ਦੇਖੀਏ ਅੱਜ ਤੋਂ ਅਸੀਂ ਜਿਹੜਾ ਪਾਣੀ ਮੀਂਹ ਵਰਕੇ ਆਉਂਦਾ ਆ, ਰੱਬ ਸਾਨੂੰ ਪਾਣੀ ਦਿੰਦਾ ਆ ਪਰ ਅਸੀਂ ਉਹਦੀ ਸੰਭਾਲ ਨਹੀਂ ਕਰਦੇ। ਉਸ ਪਾਣੀ ਨੂੰ ਅਸੀਂ ਵੇਸਟ ਜਾਣ ਦਿੰਦੇ ਹਾਂ। ਦੂਸਰਾ, ਅਸੀਂ ਕੀ ਕਰ ਰਹੇ ਹਾਂ, ਜ਼ਮੀਨ ਅਤੇ ਧਰਤੀ ਦੇ ਵਿੱਚੋਂ ਅਸੀਂ ਪਾਣੀ ਕੱਢ ਤਾਂ ਰਹੇ ਹਾਂ ਪਰ ਉਹਦੇ ਵਿੱਚ ਅਸੀਂ ਪਾਣੀ ਪਾਉਣ ਦੀ ਕੋਸ਼ਿਸ਼ ਨਹੀਂ ਕਰ ਰਹੇ। ਪਹਿਲਾਂ ਤੁਹਾਨੂੰ ਯਾਦ ਹੋਊਗਾ ਕਿ ਖੂਹ ਹੁੰਦੇ ਸੀ ਜਾਂ ਆਪਣੇ ਤਲਾਬ ਜਿਹੇ ਹੁੰਦੇ ਸੀ, ਛੱਪੜ ਹੁੰਦੇ ਸੀ, ਉਹਦੇ ਨਾਲ ਪਾਣੀ ਦੀ ਰੀਸਟੋਰੇਜ ਹੁੰਦੀ ਸੀ। ਥੱਲੇ ਪਾਣੀ ਜਾਂਦਾ ਹੁੰਦਾ ਸੀ, ਸੀ ਕੇ ਥੱਲੇ ਚੱਲ ਜਾਂਦਾ ਸੀ ਔਰ ਉਹ ਪਾਣੀ ਜਿਹੜਾ ਆ ਵਾਟਰ ਲੈਵਲ ਨੂੰ ਥੋੜ੍ਹਾ ਥੋੜ੍ਹਾ ਵਧਾਉਂਦਾ ਹੁੰਦਾ ਸੀ। ਪਰ ਹੁਣ ਅਸੀਂ ਛੱਪੜ ਵੀ ਖਤਮ ਕਰ ਦਿੱਤੇ, ਪੂਰ ਕੇ ਜੀ ਉਹਨੂੰ ਪੱਕਾ ਕਰ ਦਿਓ। ਜਦੋਂ ਅਸੀਂ ਪੱਕੇ ਛੱਪੜ ਬਣਾ ਤੇ ਤਾਂ ਉਹਨੇ ਪਾਣੀ ਤਾਂ ਅੰਦਰ ਜਾਣਾ ਹੀ ਨਹੀਂ ਉਹਦੇ ਵਿੱਚ। ਅਸੀਂ ਜਦ ਤੱਕ ਅਸੀਂ ਪੁਰਾਣੇ ਤਰੀਕੇ ਨਾਲ ਨਹੀਂ ਇਹਨੂੰ ਅਪਣਾਉਂਦੇ, ਪਾਣੀ ਨੂੰ ਅੰਦਰ ਜਾਣ ਲਈ ਵਾਟਰ ਹਾਰਵੈਸਟਿੰਗ ਦਾ ਪ੍ਰੋਜੈਕਟ ਜਿਹੜਾ ਆ, ਮੈਂ ਹੁਣ ਪੰਜਾਬ 'ਚ ਵੀ ਚਾਹੁੰਦਾ ਹਾਂ ਕਿ ਆਪਾਂ ਇਸ ਬਾਰੇ ਕੁਝ ਸੋਚੀਏ। ਕਿਉਂਕਿ ਬੇਸਿਕਲੀ ਮੈਂ ਥੋੜ੍ਹੀ ਜਿਹੀ ਜਿਹੜੀ ਟਾਈਮ ਕੁਛ ਮਹਾਰਾਸ਼ਟਰਾ ਤਾਂ MP ਦੇ ਵਿੱਚ ਵੀ ਕੰਮ ਕੀਤਾ ਆ। ਜੇ ਉੱਥੇ ਆਪਾਂ ਦੇਖੀਏ, ਉੱਥੇ ਘਰਾਂ ਦੇ ਵਿੱਚ ਲੋਕਾਂ ਨੇ ਜਿਹੜਾ ਰੇਨ ਵਾਟਰ ਹੈ ਉਹਨੂੰ ਸੇਵ ਕਰਨ ਲਈ ਇਹ ਕੈਪਸੂਲ ਲਾਏ ਹੋਏ ਆ। ਜਦੋਂ ਛੱਤਾਂ 'ਤੇ ਪਾਣੀ ਡਿੱਗਦਾ ਆ, ਪਾਣੀ ਪ੍ਰਣਾਲਿਆਂ ਦੇ ਵਿੱਚੋਂ ਬਾਹਰ ਨਹੀਂ ਵਗਣ ਦਿੰਦੇ, ਉਹਦੇ ਵਿੱਚ ਇੱਕ ਪਿਊਰੀਫਾਇਰ ਲਗਾ ਕੇ ਉਸ ਪਾਣੀ ਨੂੰ ਵਾਪਸ ਰੀਸਟੋਰ ਕਰ ਦਿੰਦੇ ਆ ਜ਼ਮੀਨ ਦੇ ਅੰਦਰ। ਹੁਣ ਜਦੋਂ ਉਹ ਪਾਣੀ ਵਾਪਸ ਜ਼ਮੀਨ 'ਚ ਜਾਊਗਾ ਤਾਂ ਵਾਟਰ ਲੈਵਲ ਜਿਹੜਾ ਆ ਉਹ ਇਨਕਰੀਜ਼ ਹੋਊਗਾ। ਪਰ ਅਸੀਂ ਪੰਜਾਬ 'ਚ ਕੀ ਸੋਚਦੇ ਹਾਂ ਕਿ ਪੰਜਾਬ 'ਚ ਤਾਂ ਪਾਣੀ ਬਹੁਤ ਹੈ। ਹੁਣ ਤੁਸੀਂ ਦੇਖ ਲਓ, ਪਹਿਲਾਂ 90 ਫੁੱਟ 'ਤੇ ਸਾਨੂੰ ਪਾਣੀ ਮਿਲ ਜਾਂਦਾ ਹੁੰਦਾ ਸੀ,
ਹੁਣ 200-200, 150-150 ਫੁੱਟ 'ਤੇ ਅਸੀਂ ਜਾ ਕੇ ਪਾਣੀ ਲੈਂਦੇ ਹਾਂ। ਅਸੀਂ ਰਿਸੋਰਸਿਸ ਨੂੰ ਤਾਂ ਯੂਜ਼ ਕਰ ਰਹੇ ਹਾਂ ਪਰ ਉਹਨੂੰ ਰੀਸਟੋਰ ਦਾ ਕੰਮ ਨਹੀਂ ਕਰ ਰਹੇ। ਸਾਨੂੰ ਇਸ ਲਈ ਇਹ ਬਹੁਤ ਸੋਚਣ ਵਾਲੀ ਗੱਲ ਹੈ ਕਿ ਇਸ ਪਾਣੀ ਨੂੰ ਕਿਸੇ ਤਰੀਕੇ ਨਾਲ ਜਿਹੜਾ ਸਾਨੂੰ ਰੱਬ ਦਿੰਦਾ ਆ ਉਸ ਪਾਣੀ ਨੂੰ ਅਸੀਂ ਜ਼ਮੀਨ ਦੇ ਵਿੱਚ ਵਾਪਸ ਪਹੁੰਚਾਈਏ। ਜਦ ਤੱਕ ਅਸੀਂ ਉਸ ਪਾਣੀ ਨੂੰ ਜ਼ਮੀਨ ਤੱਕ ਨਹੀਂ ਪਹੁੰਚਾਵਾਂਗੇ ਅਸੀਂ ਸਿਰਫ ਯੂਜ਼ ਦੇਖੋ ਬੈਂਕ 'ਚ ਵੀ ਅਗਰ ਤੁਹਾਡੇ ਕੋਲ ਪੈਸਾ ਪਿਆ ਹੈ ਤੁਸੀਂ ਉਹਦੇ ਵਿੱਚ ਪੈਸਾ ਜਮ੍ਹਾਂ ਨਾ ਕਰੋ ਕੱਢਦੇ ਜਾਓ ਅਤੇ ਇੱਕ ਦਿਨ ਇੱਦਾਂ ਆਊਗਾ ਜਦ ਤੋਂ ਪਾਣੀ ਖਤਮ ਹੋ ਜਾਊਗਾ ਪੈਸਾ ਖਤਮ ਹੋ ਜਾਊਗਾ। ਤਾਂ ਸੇਮ ਥਿੰਗ ਪਾਣੀ ਦੇ ਨਾਲ ਵੀ ਹੈ। ਅਸੀਂ ਕਦ ਤੱਕ ਪਾਣੀ ਨੂੰ ਲੈਂਦੇ ਰਹਾਂਗੇ? ਇੱਕ ਟਾਈਮ ਇੱਦਾਂ ਦਾ ਵੀ ਆਊਗਾ ਜਦੋਂ ਕਿ ਸਾਨੂੰ ਪਾਣੀ ਮਿਲਣਾ ਬੰਦ ਹੋ ਜਾਊਗਾ। ਤਾਂ ਜਿਹੜੀ ਹੁਣ ਇੱਕ ਥਿਊਰੀ ਹੈ ਕਿ ਜਿਹੜੀ ਥਰਡ ਵਰਲਡ ਵਾਰ ਹੋਊਗੀ ਨਾ ਉਹ ਪਾਣੀ ਲਈ ਹੋਊਗੀ। ਕਿਉਂ? ਕਿਉਂਕਿ ਅਸੀਂ ਪਾਣੀ ਨੂੰ ਪ੍ਰੋਪਰਲੀ ਯੂਟੀਲਾਈਜ਼ ਨਹੀਂ ਕਰਦੇ। ਮੈਂ ਪਿਛਲੀ ਵਾਰ ਵੀ ਦੱਸਿਆ ਸੀ ਕਿ ਅਸੀਂ ਸ਼ਾਵਰ ਨਾਲ ਨਹਾਉਂਦੇ ਹਾਂ ਬਜਾਏ ਕਿ ਅਗਰ ਸ਼ਾਵਰ ਨਾਲ ਨਹਾਉਣ ਦੇ ਅਸੀਂ ਇੱਕ ਬਾਲਟੀ ਲਈਏ ਨਾ ਤਾਂ ਇੱਕ ਬਾਲਟੀ ਦੇ ਨਾਲ ਪੂਰਾ ਅਸੀਂ ਨਹਾ ਸਕਦੇ ਹਾਂ। ਪਰ ਅਸੀਂ ਕੀ ਕਰਦੇ ਹਾਂ ਸ਼ਾਵਰ ਚਾਲੂ ਕਰਦੇ ਹਾਂ ਲਗਾਤਾਰ ਪਾਣੀ ਡਿੱਗਦਾ ਰਹਿੰਦਾ ਆ ਉਹ 'ਚ ਸਾਨੂੰ ਵੀ ਨਹੀਂ ਪਤਾ ਹੁੰਦਾ ਕਿੰਨਾ ਪਾਣੀ ਯੂਜ਼ ਹੋ ਗਿਆ। ਠੀਕ ਪਾਣੀ ਪੀਣ ਲੱਗਦੇ ਹਾਂ ਅੱਧਾ ਗਲਾਸ ਪਾਣੀ ਪੀਤਾ ਰੱਖ ਦਿੱਤਾ। ਹੁਣ ਜੇ ਲੱਖਾਂ ਲੋਕਾਂ ਨੇ ਅੱਧਾ ਅੱਧਾ ਗਲਾਸ ਹੀ ਪਾਣੀ ਪੀਤਾ ਉਹ ਜਿਹੜਾ ਅੱਧਾ ਗਲਾਸ ਅਸੀਂ ਸਿੱਟਦੇ ਹਾਂ ਉਹ ਤਾਂ ਵੇਸਟੇਜ ਹੈ ਨਾ ਪਾਣੀ ਦੀ ਅਸੀਂ ਉਹਦੀ ਕੀਮਤ ਨਹੀਂ ਸਮਝਦੇ। ਸਾਨੂੰ ਉਸ ਦੀ ਕੀਮਤ ਸਮਝਣੀ ਚਾਹੀਦੀ ਹੈ। ਤਾਂ ਮੈਂ ਅੱਜ ਤੁਹਾਨੂੰ ਤੁਸੀਂ ਇੱਕ ਜਿਹੜਾ ਛੋਟਾ ਜਿਹਾ ਕੰਮ ਕਰ ਰਹੇ ਹੋ ਇਹ ਕਹਿਣ ਨੂੰ ਇੱਕ ਛੋਟਾ ਕੰਮ ਹੈ ਬਟ ਬਹੁਤ ਵੱਡਾ ਸੀ ਤੁਸੀਂ ਕੰਮ ਕਰਨ ਲੱਗੇ ਹੋ ਜਿਹੜਾ ਕਿ ਇੱਕ ਪਾਣੀ ਦੇ ਰਿਸੋਰਸ ਨੂੰ ਸਹੀ ਸਾਫ਼ ਕਰਨ ਲੱਗੇ ਹੋ। ਨਹਿਰ ਸਾਡੇ ਖੇਤਾਂ 'ਚ ਜਾਂਦੀ ਹੈ ਸਾਡੇ ਫਸਲਾਂ ਨੂੰ ਉਹ ਦਿੰਦੀ ਹੈ ਬਟ ਉਹਦੇ ਲਈ ਵੀ ਸਾਨੂੰ ਪਾਣੀ ਦਾ ਸਾਫ਼ ਸੁਥਰਾ ਹੋਣਾ ਬਹੁਤ ਜ਼ਰੂਰੀ ਹੈ। ਮੈਂ ਇਹਨਾਂ ਸ਼ਬਦਾਂ ਨਾਲ ਆਪ ਸਭ ਨੂੰ ਇੱਕ ਵਾਰੀ ਫਿਰ ਮੁਬਾਰਕਾਂ ਦਿੰਦਾ ਹਾਂ ਤਾਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਇੱਕ ਬਹੁਤ ਨੇਕ ਕੰਮ ਲਈ ਇੱਥੇ ਇਕੱਠੇ ਹੋਏ। ਧੰਨਵਾਦ। ਖਾਸ ਕਰਕੇ ਇਸ ਨਿਰੰਕਾਰੀ ਮਿਸ਼ਨ ਦੇ ਨਕੋਦਰ ਦੇ ਮੁਖੀ ਸ਼੍ਰੀ ਗੁਰਦਿਆਲ ਭਾਟੀਆ ਜੀ, ਸਾਡੇ ਨਗਰ ਕੌਂਸਲ ਨਕੋਦਰ ਦੇ ਵਾਈਸ ਪ੍ਰਧਾਨ ਸ਼੍ਰੀ ਪਵਨ ਗਿੱਲ ਜੀ, ਸ਼੍ਰੀ ਸੁਨੀਲ ਮਹਾਜਨ ਜੀ, ਪ੍ਰਿੰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ, ਸ਼੍ਰੀ ਪ੍ਰਬਲ ਜੋਸ਼ੀ ਜੀ ਅਤੇ ਹੋਰ ਸਤਿਕਾਰਯੋਗ ਜਿੰਨੇ ਵੀ ਮਨ ਸਾਹਿਬਾਨ 'ਤੇ ਬੈਠੇ ਆ ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਆਭਾਰ ਪ੍ਰਗਟ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਆਪਣੇ ਵਿਚਾਰ ਤੁਹਾਡੇ ਮੂਹਰੇ ਰੱਖ ਸਕਾਂ। ਇਸ ਮੁਹਿੰਮ ਦੇ ਵਿੱਚ ਮੈਂ ਦੂਸਰੀ ਵਾਰ ਸ਼ਾਮਿਲ ਹੋਇਆ। ਇਸ ਤੋਂ ਪਹਿਲਾਂ ਵੀ ਨੈਕਸਟ ਈਅਰ ਇਹ ਮੁਹਿੰਮ ਚਲਾਈ ਗਈ ਸੀਗੀ ਅਤੇ ਉਸ 'ਚ ਵੀ ਮੈਨੂੰ ਆਉਣ ਦਾ ਮੌਕਾ ਮਿਲਿਆ। ਪਰ ਮੈਂ ਦੇਖ ਰਿਹਾ ਕਿ ਉਸ ਤੋਂ ਵੀ ਵੱਡੀ ਤਾਦਾਦ ਦੇ ਵਿੱਚ ਬਾਬਾ ਜੀ ਦੀ ਅਪਾਰ ਕਿਰਪਾ ਨਾਲ ਅੱਜ ਸੇਵਾ ਭਾਵਨਾ ਲੈ ਕੇ ਮੇਰੀਆਂ ਮਾਤਾ, ਮੇਰੀਆਂ ਭੈਣਾਂ, ਮੇਰੇ ਬਜ਼ੁਰਗ ਇੱਥੇ ਪਹੁੰਚੇ ਆ। ਦੋਸਤੋ, ਇਹ ਜਿਹੜਾ ਪ੍ਰੋਜੈਕਟ ਆ ਸਵੱਛ ਜਲ ਸਵੱਛ ਮਨ, ਇਹਦੇ ਬਾਰੇ ਕਹਿਣ ਨੂੰ ਤਾਂ ਬਹੁਤ ਕੁਛ ਆ। ਜੈਸੇ ਜੋਸ਼ੀ ਸਾਹਿਬ ਨੇ ਦੱਸਿਆ, ਬਹੁਤ ਹੀ ਵਧੀਆ ਉਦਾਹਰਨਾਂ ਦਿੱਤੀਆਂ।
ਔਰ ਉਸ ਗੱਲ ਨੂੰ ਆਪਾਂ ਅਮਲ 'ਚ ਲਿਆਉਂਦੇ ਨਹੀਂ, ਆਪਾਂ ਸੁਣਦੇ ਹਾਂ ਇਸ ਕੰਨ 'ਚੋਂ ਅਤੇ ਇਸ ਕੰਨ 'ਚੋਂ ਕੱਢ ਦਿੰਦੇ ਹਾਂ। ਇਹ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ, ਇਹ ਜੇ ਆਪਾਂ ਰੂਟੀਨ 'ਚ ਆਪਣੇ ਦਿਨ ਚਰਿਆ ਵਿੱਚ ਲਿਆਈਏ ਤਾਂ ਆਪਾਂ ਬਹੁਤ ਕੁਛ ਕਰ ਸਕਦੇ ਹਾਂ। ਜਿਵੇਂ ਕਿ ਇੱਕ ਉਦਾਹਰਨ ਤੁਹਾਨੂੰ ਮੈਂ ਵੀ ਦੇਣੀ ਚਾਹਾਂਗਾ, ਚਲੋ ਅਸੀਂ ਨਕੋਦਰ ਦੇ ਬਛਿੰਦੇ ਹਾਂ, ਆਪਾਂ ਪਹਿਲਾਂ ਸਟਾਰਟਿੰਗ ਨਕੋਦਰ ਤੋਂ ਹੀ ਕਰੀਏ। ਸਾਡੇ ਸ਼ਹਿਰ ਦੇ ਵਿੱਚ ਘਰ ਘਰ ਟੁੱਲੂ ਪੰਪ ਲੱਗਾ ਹੋਇਆ, ਤੁਸੀਂ ਆਪ ਦੇਖਦੇ ਹੋ ਸਾਰਿਆਂ ਦੇ ਸ਼ਹਿਰ, ਮੇਰੇ ਵੀ ਲੱਗਾ ਹੋ ਸਕਦਾ। ਨਗਰ ਕੌਂਸਲ ਨਕੋਦਰ ਦੀ ਆ ਵੀ ਤਕਰੀਬਨ 30 ਦੇ ਕਰੀਬ ਸਾਡੀਆਂ ਵੱਡੀਆਂ ਮੋਟਰਾਂ ਨਕੋਦਰ ਸ਼ਹਿਰ 'ਚ ਲੱਗੀਆਂ। ਮੋਟਰਾਂ ਜਦੋਂ ਚੱਲਦੀਆਂ ਵਾ, ਆਮ ਤੌਰ 'ਤੇ ਆਪਾਂ ਘਰਾਂ ਦੇ ਵਿੱਚ ਦੇਖਿਆ, ਮਹੱਲਿਆਂ 'ਚ ਦੇਖਿਆ, ਜਿਹੜੀਆਂ ਟੈਪਸ ਜਿਹਨੂੰ ਆਪਾਂ ਟੂਟੀਆਂ ਕਹਿੰਦੇ ਹਾਂ, ਉਹ ਖੁੱਲ੍ਹੀਆਂ ਛੱਡੀਆਂ ਹੁੰਦੀਆਂ। ਕਿਉਂ ਖੁੱਲ੍ਹੀਆਂ ਛੱਡਦੇ ਹਾਂ? ਯਾਰ ਸਾਡੀ ਨਾਲੀ, ਸਾਡਾ ਸੀਵਰੇਜ ਸਾਫ਼ ਹੋ ਜਾਵੇ। ਸਭ ਤੋਂ ਵੱਡੀ ਜਿਹੜੀ ਬਕਦਰੀ ਆਪਾਂ ਸਵੱਛ ਜਲ ਦੀ, ਜਿਹੜਾ ਡਰਿੰਕਿੰਗ ਵਾਟਰ ਜਿਹਨੂੰ ਆਪਾਂ ਕਹਿੰਦੇ ਪਾਣੀ ਪੀਣ ਵਾਲਾ ਵਾ, ਆਪਾਂ ਉੱਥੇ ਬਰਬਾਦੀ ਕਰਦੇ ਹਾਂ। ਕਿਉਂ ਨਾ ਆਪਾਂ ਇੱਥੇ ਪ੍ਰਣ ਲਈਏ ਸਾਰੇ, ਜਿੰਨੀ ਮੇਰੀਆਂ ਮਾਵਾਂ ਭੈਣਾਂ ਸੰਗਤਾਂ ਬੈਠ ਕੇ ਹੱਥ ਖੜ ਕੇ ਕਹੀਏ ਵੀ ਵੇਸਟੇਜ ਆਪਾਂ ਪਾਣੀ ਦੀ ਇੱਦਾਂ ਬਿਲਕੁਲ ਨਹੀਂ ਹੋਣ ਦੇਣੀ। ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਤਾਂ ਅੱਜ ਸਾਰੇ ਆ ਪ੍ਰਣ ਲਿਆ ਕੇ ਜਾਈਏ ਇੱਥੋਂ ਵੀ ਆਪਾਂ ਪਾਣੀ ਦੀ ਵੇਸਟੇਜ ਬਿਲਕੁਲ ਨਹੀਂ ਹੋਣੀ। ਸਾਰੇ ਕਰੇ ਹੱਥ ਖੜ ਕਰਕੇ ਕਹੋ ਵੀ ਜਿੰਨੀ ਆਪਾਂ ਨੂੰ ਜ਼ਰੂਰਤ ਆ ਪਾਣੀ, ਆਪਾਂ ਉਨਾ ਹੀ ਯੂਜ਼ ਕਰੀਏ। ਜਿਹੜੀਆਂ ਟੈਪਸ ਆ ਜਾਂ ਜਿਹੜੇ ਨਲ ਆ ਉਹਨੂੰ ਬੰਦ ਰੱਖੀਏ, ਪੀਣ ਵਾਲੇ ਪਾਣੀ ਦੇ ਖਾਸ ਕਰਕੇ ਆਪਾਂ ਵੇਸਟੇਜ ਨਹੀਂ ਹੋਣਦੇ। ਜੋਸ਼ੀ ਸਾਹਿਬ ਨੇ ਬਹੁਤ ਵੱਡੀਆਂ ਉਦਾਹਰਨਾਂ ਦਿੱਤੀਆਂ। ਸਾਡੇ ਸ਼ਹਿਰਾਂ ਵਿੱਚ ਆਮ ਤੌਰ 'ਤੇ ਟ੍ਰੀਟਮੈਂਟ ਪਲਾਂਟ ਲੱਗੇ ਹੁੰਦੇ, ਜਿਹਨੂੰ ਵਾਟਰ ਰਿਸੋਰਸਿਸ ਟ੍ਰੀਟਮੈਂਟ ਪਲਾਂਟ ਆਪਾਂ ਕਹਿੰਦੇ ਹਾਂ। ਕਰੋੜਾਂ ਰੁਪਏ ਲਾਗਤ ਨਾਲ ਸਰਕਾਰ ਉਹ ਟ੍ਰੀਟਮੈਂਟ ਪਲਾਂਟ ਲਾਉਂਦੀ ਆ, ਪਰ ਜਿਹੜਾ ਪਾਣੀ ਉਹ ਟ੍ਰੀਟ ਹੁੰਦਾ ਉਹ ਪਾਣੀ ਦੀ ਵੇਸਟੇਜ ਆਪਾਂ ਕਰ ਰਹੇ ਹਾਂ। ਚਲੋ ਸਰਕਾਰਾਂ ਨੂੰ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ, ਇਹ ਬੇਨਤੀ ਸਰਕਾਰਾਂ ਨੂੰ ਵੀ ਕਰਾਂਗੇ, ਔਰ ਉਹ ਪਾਣੀ ਟੋਟਲ ਵੇਸਟ ਹੁੰਦਾ, ਕਿਉਂਕਿ ਜਿੰਨੀ ਤਾਦਾਦ ਵਿੱਚ ਪਾਣੀ ਟ੍ਰੀਟ ਹੁੰਦਾ ਉਨੀ ਤਾਦਾਦ 'ਚ ਉਹਦੀ ਵਰਤੋਂ ਨਹੀਂ ਹੁੰਦੀ। ਸੋ ਮੈਂ ਜ਼ਿਆਦਾ ਨਾ ਕਹਿੰਦਾ, ਇਸ ਮਿਸ਼ਨ ਬਾਰੇ ਜ਼ਰੂਰ ਕਹੂੰਗਾ ਵੀ ਜਿੱਦਾਂ ਪਾਟੀ ਸਾਹਿਬ ਨੇ ਦੱਸਿਆ ਵੀ 24 ਸਟੇਟਾਂ ਦੇ ਵਿੱਚ ਇਹ ਮਿਸ਼ਨ ਇਹ ਕੰਮ ਕਰ ਰਿਹਾ, ਸਵੱਛ ਜਲ ਸਵੱਛ ਬਣ ਦੇ ਉੱਤੇ ਤਕਰੀਬਨ 3.5 ਲੱਖ ਵਲੰਟੀਅਰ ਇਸ ਮਿਸ਼ਨ ਜੁੜਿਆ। ਮੈਂ ਕਹੂੰਗਾ ਇਹ ਇੱਕ ਹਿੰਦੁਸਤਾਨ ਦੀ ਆਰਮੀ ਹੈ, ਤੁਸੀਂ ਆਰਮੀ ਬਾਰਡਰਾਂ ਦੀ ਰੱਖਿਆ ਕਰਦੀ ਹੈ, ਤੁਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਦੀ ਰੱਖਿਆ ਕਰ ਰਹੇ ਹੋ। ਸਾਡੇ ਨਹਿਰ ਜਿੱਦਾਂ ਅੱਜ ਆਪਣਾ ਪ੍ਰੋਜੈਕਟ ਆ ਨਹਿਰ ਦੀ ਸਫਾਈ, ਕਿਉਂਕਿ ਪਿੱਛੋਂ ਜਿਹੜਾ ਪਾਣੀ ਆ ਰਿਹਾ ਨਹਿਰ ਗੰਦੀ ਹੋਣ ਕਾਰਨ, ਉਹੀ ਪਾਣੀ ਖੇਤਾਂ 'ਚ ਜਾ ਰਿਹਾ, ਉਹੀ ਪਾਣੀ ਜਾਨਵਰ ਪੀ ਰਹੇ ਆ, ਇਹ ਬਹੁਤ ਵੱਡਾ ਹੈਲਥ ਇਸ਼ੂ ਬਣਦਾ। ਔਰ ਮੈਂ ਵਧਾਈ ਦਿੰਦਾ ਇਹ ਸਾਰੀ ਮਸ਼ੀਨਰੀ ਨੂੰ, ਖਾਸ ਕਰਕੇ ਨਿਰੰਕਾਰੀ ਮਿਸ਼ਨ ਦੇ ਜਿਹੜੇ ਮੁਖੀ ਆ ਉਹਨਾਂ ਨੂੰ, ਔਰ ਸਾਡੇ ਨਕੋਦਰ ਦੇ ਮੁਖੀ ਗੁਰਦਿਆਲ ਭਾਟੀਆ ਜੀ ਨੂੰ ਵੀ ਇੱਦਾਂ ਦੇ ਪ੍ਰੋਜੈਕਟ ਤੁਸੀਂ ਸਾਲ ਬਾਅਦ ਲਗਾਉਂਦੇ ਹੋ, ਜਲਦੀ ਲਗਾਇਆ ਕਰੀਏ। ਵੈਸੇ ਤਾਂ ਪ੍ਰੋਜੈਕਟ ਚਾਹੇ ਬਲੈਕਟ੍ਰੀਸ਼ੀਅਨ ਹੋਣ ਜਾਂ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਜੈਕਟ ਲਗਾਉਂਦੇ ਰਹਿੰਦੇ ਆ, ਔਰ ਸਾਡਾ ਜਿੰਨਾ ਵੀ ਸਾਥ ਦੇਣਾ ਚਾਹੀਦਾ ਅਸੀਂ ਇਹਨਾਂ ਡਟ ਕੇ ਖੜ੍ਹੇ ਹਾਂ। ਮੈਂ ਆਪਣੇ ਵੱਲੋਂ ਨਕੋਦਰ ਸ਼ਹਿਰ ਦਾ ਪ੍ਰਧਾਨ ਹੋਣ ਦੇ ਨਾਤੇ, ਉਸ ਨਾਤੇ ਵੀ, ਔਰ ਮੇਰੀ ਧਰਮਪਤਨੀ ਸ਼੍ਰੀਮਤੀ ਏਕਤਾ ਜੈਨ ਮਿਊਨਸਿਪਲ ਕਾਉਂਸਲ ਹੋਣ ਦੇ ਨਾਤੇ, ਮੈਂ ਇਸ ਮਿਸ਼ਨ ਨਾਲ ਹਮੇਸ਼ਾ ਤਣੋ ਮਨੋ ਇਹਨਾਂ ਨਾਲ ਖੜ੍ਹਾ ਰਹਾਂਗਾ। ਜੈ ਧੰਨਵਾਦ। ਬ੍ਰਾਂਚ ਦੇ ਮੁਖੀ ਸਰਦਾਰ ਗੁਰਦਿਆਲ ਸਿੰਘ ਭਾਟੀਆ ਜੀ, ਮੇਰੇ ਸਹਿਯੋਗੀ ਸਾਥੀ ਗੌਰਵ ਜੈਨ ਜੀ, ਮਹਾਜਨ ਜੀ, ਇਸ ਕਾਲਜ ਦੇ ਪ੍ਰਿੰਸੀਪਲ ਜੋਸ਼ੀ ਸ਼ਾਹ, ਔਰ ਨਕੋਦਰ ਬ੍ਰਾਂਚ ਦੇ ਸ਼ਹਿਰ ਤੋਂ ਪਿੰਡਾਂ ਤੋਂ ਆਏ ਹੋਏ ਸਮੂਹ ਸੰਗਤ, ਮੇਰੀ ਮਾਤਾਓ ਭੈਣੋ ਅਤੇ ਬਜ਼ੁਰਗੋ, ਅੱਜ ਦਾ ਦਿਨ ਬੜਾ ਭਾਗਾਂ ਵਾਲਾ ਦਿਨ ਹੈ। ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ
ਅਸੀਂ ਅੱਜ ਨਕੋਦਰ ਦੇ ਅੰਦਰ ਸਵਸਥ ਜਲ ਸਵਸਥ ਮਨ ਦਾ ਵਿਸ਼ੇ ਨੂੰ ਲੈ ਕੇ ਤੁਰੇ ਹਾਂ। ਮੇਰੇ ਤੋਂ ਪਹਿਲੇ ਬੋਲਣ ਵਾਲੇ ਬੁਲਾਰਿਆਂ ਨੇ ਜਲ ਬਾਰੇ ਦੱਸਿਆ ਔਰ ਮੈਂ ਇਸ ਸੰਸਥਾ ਦੇ ਨਾਲ ਕਾਫੀ ਸਮੇਂ ਤੋਂ ਜੁੜਿਆ ਹੋਇਆ ਹਾਂ ਔਰ ਇਹ ਸੰਸਥਾ ਵੈਲਫੇਅਰ ਦੇ ਕੰਮ ਹਮੇਸ਼ਾ ਕਰਦੀ ਰਹਿੰਦੀ ਆ, ਚਾਹੇ ਉਹ ਬਲੱਡ ਕੈਂਪ ਹੋਵੇ, ਚਾਹੇ ਉਹ ਸਫਾਈ ਮੁਹਿੰਮ ਹੋਵੇ ਔਰ ਹਰ ਤਰ੍ਹਾਂ ਦਾ ਜਿਹੜਾ ਮੈਨੂੰ ਉੱਥੇ ਜਦੋਂ ਜਾਣ ਦਾ ਮੌਕਾ ਮਿਲਦਾ ਆ। ਦਾਸ ਵੀ ਕਿਸੇ ਸੰਸਥਾ ਦੇ ਨਾਲ ਜੁੜਿਆ ਹੋਇਆ ਕਿਉਂਕਿ ਮੈਨੂੰ ਵੀ ਸਫਾਈ ਦਾ ਹੀ ਕੰਮ ਮਿਲਿਆ ਆ। ਜਦੋਂ ਅਲ ਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਵੇਲੇ ਮੇਰੇ ਜੁੰਮੇ ਜਿਹੜਾ ਸਫਾਈ ਦਾ ਕੰਮ ਮਿਲਿਆ ਸੀ ਔਰ ਜਿੱਥੇ ਸਫਾਈ ਹੁੰਦੀ ਹੈ ਉੱਥੇ ਖੁਦਾਈ ਵੀ ਹੁੰਦੀ ਆ। ਮੈਂ ਆਪਣੇ ਵੱਲੋਂ, ਆਪਣੀ ਨਗਰ ਕੌਂਸਲ ਵੱਲੋਂ, ਗਿੱਲ ਪਰਿਵਾਰ ਵੱਲੋਂ ਮੈਂ ਅੱਜ ਦੇ ਸ਼ੁਭ ਅਵਸਰ 'ਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਔਰ ਇਹ ਜ਼ਰੂਰ ਪ੍ਰੇਰਨਾ ਕਰਦਾ ਕਿ ਸਾਰਿਆਂ ਨੂੰ ਆਪਣੇ ਘਰਾਂ ਦੀ, ਆਪਣੇ ਆਲੇ ਦੁਆਲੇ ਦੀ ਜਿਹੜੀ ਸਫਾਈ ਜਿਹੜੀ ਹੈਗੀ ਆ ਉਹ ਕਰਨੀ ਚਾਹੀਦੀ ਹੈ। ਜਦੋਂ ਅਸੀਂ ਬਾਹਰਲੀਆਂ ਕੰਟਰੀਆਂ ਦੇ ਵਿੱਚ ਜਾਂਦੇ ਹਾਂ ਅਤੇ ਉੱਥੇ ਖਾਸ ਕਰਕੇ ਜਿਹੜਾ ਸਫਾਈ ਦਾ ਜਿਹੜਾ ਕੰਮ ਆ ਜਾਂ ਸਫਾਈ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਆ। ਅਸੀਂ ਕੀ ਕਰਦੇ ਹਾਂ, ਅਸੀਂ ਜਦੋਂ ਕਿਤੇ ਟੂਰ 'ਤੇ ਵੀ ਜਾਂਦੇ ਹਾਂ ਜਾਂ ਲੈ ਵੀ ਸੜਕਾਂ ਦੇ ਵਿੱਚ ਜਾਂਦੇ ਹਾਂ ਉਹ ਕੂੜਾ ਕਰਕਟ ਜਿਹੜਾ ਹੈਗਾ ਆ ਉਹ ਆਪਣੇ ਗਲੀਆਂ ਦੇ ਵਿੱਚ ਸੁੱਟ ਦਿੰਦੇ ਹਾਂ, ਜਦਕਿ ਸਾਨੂੰ ਡਸਟਬੀਨ ਦੇ ਵਿੱਚ ਪਾਉਣਾ ਚਾਹੀਦਾ ਆ। ਜਦੋਂ ਅਸੀਂ ਸਫ਼ਰ ਕਰਦੇ ਹਾਂ ਤਾਂ ਸਾਡਾ ਫਰਜ਼ ਬਣਦਾ ਆ ਵੀ ਜਿਹੜਾ ਉਹ ਵੇਸਟੇਜ ਜਿਹੜਾ ਕਾਗਜ਼ ਹੋਵੇ ਜਾਂ ਕੋਈ ਬੋਟਲ ਹੋਵੇ ਉਹ ਸਾਨੂੰ ਗੱਡੀ ਦੇ ਵਿੱਚ ਰੱਖ ਦੇਣੀ ਚਾਹੀਦੀ ਹੈ, ਜਦੋਂ ਕਿਤੇ ਕੋਈ ਵੇਸਟੇਜ ਜਿੱਥੇ ਕੂੜਾ ਹੋਵੇ ਉੱਥੇ ਸੁੱਟ ਦੇਣੀ ਚਾਹੀਦੀ। ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਇਸ ਸ਼ੁਭ ਅਵਸਰ 'ਤੇ ਲੱਖ ਲੱਖ ਵਧਾਈ ਦਿੰਦਾ ਹਾਂ। ਧੰਨ ਨਿਰੰਕਾਰ। ਮੰਚ 'ਤੇ ਬੈਠੇ ਨਾਨਕ ਮੀਰ ਕਾਲਜ ਦੇ ਪ੍ਰਿੰਸੀਪਲ ਸਾਹਿਬ ਜੀ ਔਰ ਜਿੰਨੇ ਸਾਡੇ ਮਹਿਤ ਸਾਹਿਬ ਆਏ ਹਨ, ਸਾਡੇ ਸੰਯੋਜਕ ਸਾਹਿਬ ਜੀ ਸ਼੍ਰੀ ਗੁਰਦਿਆਲ ਸਿੰਘ ਭਾਟੀਆ ਜੀ ਜਿਹੜੇ ਸਤਿਗੁਰ ਮਾਤਾ ਜੀ ਦੀ ਆਸ਼ੀਰਵਾਦ ਸਦਕਾ ਸਤਸੰਗ ਸਾਡੇ ਜਨਰਲ ਚਾਰ ਸਾਹਿਬ ਜੀ ਦੇ ਸਾਹਿਬ ਨਾਲ ਅੱਜ ਸਤਸੰਗ ਜੀ ਸੇਵਾ ਚੱਲ ਰਹੀ ਹੈ। ਸਵੱਛ ਜਲ ਸਵੱਛ ਮਨ ਸਤਸੰਗ ਜੀ, ਇਹ ਸਤਿਗੁਰ ਮਾਤਾ ਜੀ ਨੇ ਕਿਰਪਾ ਕੀਤੀ ਹੈ। ਸਤਸੰਗ ਜੀ, ਅਸੀਂ ਬਾਬਾ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੇ ਜਨਮ ਦਿਨ 'ਤੇ ਮਨਾ ਰਹੇ ਹਾਂ। ਅੱਜ ਤੋਂ ਪਹਿਲਾਂ ਵੀ ਅਸੀਂ ਪਹਿਲਾਂ ਹੋਸਪਿਟਲ ਦੀ ਸਫਾਈ ਕਰਦੇ ਸਾਂ। ਸਤਸੰਗ ਜੀ ਦਿੱਲੀ ਤੋਂ ਚੱਲਿਆ ਰੇਲਵੇ ਸਟੇਸ਼ਨ ਦੀ ਸਫਾਈ ਕਰਨੀ, ਅੱਜ ਸਤਿਗੁਰ ਮਾਤਾ ਜੀ ਨੇ ਜੋ ਵੀ ਸਾਨੂੰ ਸੰਦੇਸ਼ਾ ਦਿੱਤਾ ਹੈ ਇਸ ਦੇ ਨਾਲ ਨਾਲ ਜਲ ਵੀ ਸਾਫ਼ ਕਰਨਾ ਹੈ। ਸਤਿਗੁਰ ਜੋ ਵੀ ਸਾਨੂੰ ਹੁਕਮ ਆਉਂਦਾ ਹੈ ਅਸੀਂ ਉਹ ਮੰਨਣਾ ਹੁੰਦਾ ਹੈ। ਸਤਸੰਗ ਜੀ, ਜਿਸ ਤਰ੍ਹਾਂ ਕਿ ਸਾਰੇ ਸਾਡੇ ਸਤਿਕਾਰਯੋਗ ਭਾਈ ਸਾਹਿਬ ਨੇ ਦੱਸਿਆ ਹੈ ਕਿ ਜਲ ਦੀ ਕਿਤਨੀ ਮਹੱਤਤਾ ਹੈ। ਸਤਸੰਗ ਜੀ, ਸਾਨੂੰ ਜਿਸ ਤਰ੍ਹਾਂ ਪਹਿਲਾਂ 50-60 ਫੁੱਟ ਤੋਂ ਪਾਣੀ ਮਿਲਦਾ ਸੀ ਪਰ ਇਸ ਟਾਈਮ ਸਾਨੂੰ 100 ਫੁੱਟ ਤੋਂ ਇੱਥੇ ਹੋ ਗਿਆ ਹੈ। ਸਤਸੰਗ ਜੀ, ਅਸੀਂ ਇਸ ਦੀ ਕਦਰ ਨਹੀਂ ਕਰ ਰਹੇ। ਅਸੀਂ ਜਦੋਂ ਹੋਰ ਸਟੇਟਾਂ ਵਿੱਚ ਜਾਂਦੇ, ਜਿਸ ਤਰ੍ਹਾਂ ਕਿ ਰਾਜਸਥਾਨ ਵਿੱਚ ਜਾਂਦੇ ਹਾਂ, ਉੱਥੇ 600 ਫੁੱਟ 'ਤੇ ਪਾਣੀ ਹੈ ਔਰ ਪਾਣੀ ਪੀਣ ਵਾਸਤੇ ਵੀ ਛੱਪੜਾਂ ਤੋਂ ਮਿਲਦਾ ਹੈ। ਸਤਸੰਗ ਜੀ, ਉੱਥੇ ਜਾ ਕੇ ਦੇਖੀਏ ਅਤੇ ਪਾਣੀ ਦੀ ਮਹੱਤਤਾ ਕੀ ਹੈ। ਜਿਸ ਤਰ੍ਹਾਂ ਹੁਣ ਭਾਈ ਸਾਹਿਬ ਨੇ ਦੱਸਿਆ ਕਿ ਇੱਥੇ ਅਸੀਂ ਕਿਤਨਾ ਪਾਣੀ ਵੇਸਟ ਕਰਦੇ ਹਾਂ। ਕਿਰਪਾ ਕਰੋ, ਜੋ ਵੀ ਸਾਨੂੰ ਸਤਿਗੁਰ ਮਾਤਾ ਜੀ ਦਾ ਸੰਦੇਸ਼ ਆਉਂਦਾ ਹੈ ਇਹ ਸਾਨੂੰ ਪਹਿਲਾਂ ਹੀ ਸੰਦੇਸ਼ ਦਿੰਦੇ ਹਨ। ਪਹਿਲਾਂ ਸਫਾਈ ਦਾ ਸੰਦੇਸ਼ ਦਿੱਤਾ, ਹੁਣ ਦੱਸਿਆ ਕਿ ਜਲ ਨੂੰ ਵੀ ਸਾਫ਼ ਕਰਨਾ ਹੈ। ਇਹ ਕਿਰਪਾ ਕਰੋ,
ਜੋ ਵੀ ਸਤਿਗੁਰ ਦੇ ਬਚਨ ਆਉਂਦੇ ਹਨ ਅਸੀਂ ਉਹਨਾਂ ਨੂੰ ਮੰਨਦੇ ਜਾਣਾ ਹੈ ਔਰ ਮੰਨ ਕੇ ਇਹਨਾਂ 'ਤੇ ਚੱਲਣਾ ਵੀ ਹੈ। ਅਸੀਂ ਜਿਸ ਤਰ੍ਹਾਂ ਹੁਣੇ ਦੱਸ ਕੇ ਗਏ ਹਨ ਕਿ ਅਸੀਂ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਹੈ। ਜਦੋਂ ਅਸੀਂ ਆਪਣੇ ਆਪ ਤੋਂ ਸ਼ੁਰੂ ਕਰਾਂਗੇ ਸਾਰੀ ਖੁਸ਼ੀਆਂ ਪ੍ਰਾਪਤ ਕਰਾਂਗੇ। ਸਾਧ ਸੰਗਤ ਜੀ ਪਿਆਰ ਸੇ ਕਹਿਣਾ ਸਤਿ ਸ੍ਰੀ ਅਕਾਲ। ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਦੇ ਸੰਬੰਧ ਵਿੱਚ ਜੋ ਸਾਧ ਸੰਗਤ ਜੀ ਸਤਿਗੁਰੂ ਮਾਤਾ ਸ੍ਰੀ ਸਾਈ ਦੇ ਹੁਕਮ ਅਨੁਸਾਰ ਸਫਾਈ ਅਭਿਆਨ ਵਿੱਚ ਸਾਧ ਸੰਗਤ ਜੀ ਯੋਗਦਾਨ ਦੇ ਰਹੇ ਹਾਂ, ਜਿਸ ਦਾ ਸਾਧ ਸੰਗਤ ਜੀ ਸਾਧ ਸੰਗਤ ਜੀ ਸਾਨੂੰ ਟਾਰਗੇਟ ਮਿਲਿਆ ਹੈ ਕਿ ਸਵੱਛ ਜਲ ਸਵੱਛ ਮਨ ਪ੍ਰੋਜੈਕਟ ਅੰਮ੍ਰਿਤ ਤਹਿਤ ਅਸੀਂ ਅੱਜ ਸਾਰੇ ਹੀ ਇਕੱਤਰ ਹੋਏ ਹਾਂ ਨਹਿਰ ਦੀ ਸਫਾਈ ਵਾਸਤੇ। ਤੋ ਸਾਧ ਸੰਗਤ ਜੀ ਉਸ ਵਿੱਚ ਸਾਨੂੰ ਸਹਿਯੋਗ ਦੇਣ ਵਾਸਤੇ ਜਿੱਥੇ ਸਾਧ ਸੰਗਤ ਸੇਵਾ ਦਲ ਦੇ ਮੈਂਬਰ ਇਕੱਤਰ ਹੋਏ ਹਨ, ਸਾਨੂੰ ਸ਼ਹਿਰ ਦੇ ਪਤਵੰਤੇ ਵੀ ਸਾਡੇ ਵਿੱਚ ਸ਼ਾਮਿਲ ਹੋਏ ਹਨ। ਸਾਡੇ ਸਾਧ ਸੰਗਤ ਜੀ ਗੌਰਵ ਜੈਨ ਜੀ ਪ੍ਰਧਾਨ ਸਿਟੀ ਕਾਂਗਰਸ ਨਕੋਦਰ ਜੀ, ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਕਿਰਪਾ ਕੀਤੀ ਹੈ। ਨਾਲ ਨਾਲ ਸਾਧ ਸੰਗਤ ਜੀ ਸੁਨੀਲ ਮਹਾਜਨ ਜੀ MC ਸਾਹਿਬ, ਇਹਨਾਂ ਨੇ ਵੀ ਵਿਸ਼ੇਸ਼ ਤੌਰ 'ਤੇ ਕਿਰਪਾ ਕੀਤੀ ਹੈ। ਨਾਲ ਨਾਲ ਸਾਡੇ ਜੋਸ਼ੀ ਜੀ, ਸਾਡੇ ਨਾਲ ਪ੍ਰਿੰਸੀਪਲ ਨੈਸ਼ਨਲ ਕਾਲਜ 10 ਦੇ ਸਾਥੀ ਬੈਠੇ ਹਨ, ਜਿਨ੍ਹਾਂ ਨੇ ਵੀ ਕਿਰਪਾ ਕੀਤੀ ਹੈ। ਡਿੰਪਲ ਚਾਬੜਾ ਜੀ ਨੂਰਮਹਿਲ ਤੋਂ ਮਹਾਤਮਾ ਆਏ ਹਨ। ਸਾਧ ਸੰਗਤ ਜੀ ਸਤਪਾਲ ਜੋਲ ਜੀ ਮੁਖੀ ਮਹਾਤਮਾ, ਜਿਨ੍ਹਾਂ ਨੇ ਸਾਧ ਸੰਗਤ ਜੀ ਸਹਿਯੋਗ ਨਾਲ ਕਰ ਰਹੇ ਹਨ। ਸਾਡੇ ਨਾਲ ਨਾਲ ਪਵਨ ਗਿੱਲ ਜੀ ਸਾਧ ਸੰਗਤ ਜੀ MC ਸਾਹਿਬ, ਵਾਈਸ ਪ੍ਰਧਾਨ ਸਾਧ ਸੰਗਤ ਮਿਊਂਸੀਪਲ ਕਮਿਸ਼ਨਰ ਮਿਊਂਸੀਪਲ ਕਮੇਟੀ ਨਕੋਦਰ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਕਿਰਪਾ ਕੀਤੀ ਹੈ। ਇਹ ਸਾਥੀ ਸਾਡੇ ਸਾਧ ਸੰਗਤ ਜੀ ਕੋਈ ਵੀ ਕੰਮ ਹੋਵੇ ਬਹੁਤ ਸਾਧ ਸੰਗਤ ਜੀ ਸਹਿਯੋਗ ਕਰਦੇ ਹਨ। ਸਾਧ ਸੰਗਤ ਜੀ ਮਹਾਜਨ ਸਾਹਿਬ ਵੀ ਬੈਠੇ ਹਨ, ਗਿੱਲ ਸਾਹਿਬ ਵੀ ਬੈਠੇ ਹਨ, ਸਾਧ ਸੰਗਤ ਜੀ ਸਾਡੇ ਗੌਰਵ ਜੈਨ ਜੀ, ਕੋਈ ਵੀ ਕੰਮ ਹੋਵੇ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖਲੋਂਦੇ ਹਨ। ਦਾਸ ਇਹਨਾਂ ਦਾ ਧੰਨਵਾਦ ਵੀ ਕਰਦਾ ਹੈ, ਸਾਰੀ ਸੰਗਤ ਵੱਲੋਂ ਇਹਨਾਂ ਨੂੰ ਜੀ ਆਇਆਂ ਵੀ ਆਖਦਾ ਹੈ। ਸਾਧ ਸੰਗਤ ਜੀ ਸਮਾਂ ਵੀ ਕਾਫੀ ਹੋ ਗਿਆ ਹੈ। ਸਾਧ ਸੰਗਤ ਜੀ ਜਿਤਨੇ ਵੀ ਸੇਵਾ ਦਲ ਮਹਾਤਮਾ ਹਨ, ਜਿਤਨੇ ਵੀ ਭੈਣ ਭਰਾ ਹਨ, ਸਭ ਵਾਸਤੇ ਅਰਦਾਸ ਕਾਮਨਾ ਕਰਦਾ ਹੈ ਕਿ ਸਤਿਗੁਰ ਮਾਤਾ ਜੀ ਕਿਰਪਾ ਕਰਨਾ, ਜੋ ਪ੍ਰੋਜੈਕਟ ਜੋ ਸਾਧ ਸੰਗਤ ਜੀ ਸੇਵਾਵਾਂ ਤੁਸੀਂ ਬਖਸ਼ਦੇ ਹੋ ਉਹਨਾਂ ਨੂੰ ਅਸੀਂ ਬਾਖੂਬੀ ਨਿਭਾ ਸਕੀਏ। ਸਾਧ ਸੰਗਤ ਜੀ ਪਹਿਲਾਂ ਇਹ ਕੰਮ ਅਸੀਂ ਆਪ ਕਰਨਾ ਹੈ, ਫਿਰ ਅਸੀਂ ਸੰਸਾਰ ਵਿੱਚ ਆਵਾਜ਼ ਦੇਣੀ ਹੁੰਦੀ ਹੈ। ਜਿੱਥੇ ਸਵੱਛ ਜਲ ਦਾ ਹੈ, ਸਵੱਛ ਮਨ ਵੀ ਰੱਖਣਾ ਹੈ। ਸਾਧ ਸੰਗਤ ਜੀ ਜਲ ਸਵੱਛ ਹੋਏਗਾ, ਸਾਧ ਸੰਗਤ ਜੀ ਮਨ ਵੀ ਸਾਫ਼ ਸੁਥਰਾ ਹੋਵੇਗਾ। ਤੋ ਸੰਸਾਰ ਵਿੱਚ ਸਾਧ ਸੰਗਤ ਜੀ ਜਿੱਥੇ ਪੈਗਾਮ ਦੇਣਾ ਹੈ ਉੱਥੇ ਕੰਮ ਵੀ ਕਰਨਾ ਹੈ। ਸਾਧ ਸੰਗਤ ਜੀ ਕਿਸੇ ਨੇ ਪੁੱਛਿਆ ਕਿ ਤੁਸੀਂ ਥੋੜ੍ਹੇ ਜਿਹੇ ਮੈਂਬਰ ਹੋ, ਕਿਤਨੀ ਕੁ ਸਫਾਈ ਕਰੋਗੇ, ਕਿਤਨਾ ਕੁ ਜਲ ਨੂੰ ਸਾਫ਼ ਕਰੋਗੇ। ਤੋ ਸਾਧ ਸੰਗਤ ਜੀ ਦਾਸ ਨੇ ਇੱਕ ਮਿਸਾਲ ਸੁਣੀ ਸੀ, ਉਸਦਾ ਜ਼ਿਕਰ ਕੀਤਾ, ਕਿਹਾ ਕਿ ਕਿਤੇ ਅੱਗ ਲੱਗ ਗਈ ਸੀ। ਤੋ ਸਾਧ ਸੰਗਤ ਜੀ ਕਹਿਣ ਲੱਗੇ ਕਿ ਚਿੜੀ ਥੋੜ੍ਹਾ ਜਿਹਾ ਚੁੰਝ ਵਿੱਚ ਪਾਣੀ ਲੈ ਕੇ ਆਉਂਦੀ ਸੀ। ਤੋ ਸਾਧ ਸੰਗਤ ਜੀ ਪਾਉਂਦੀ ਸੀ, ਵਿੱਚ ਪਾਉਂਦੀ ਸੀ। ਤੋ ਕਿਸੇ ਨੇ ਪੁੱਛਿਆ ਚਿੜੀ ਨੂੰ ਕਿ ਤੇਰੇ ਇਤਨੇ ਕੁ ਪਾਣੀ ਨਾਲ ਅੱਗ ਬੁੱਝ ਜਾਏਗੀ। ਕਹਿਣ ਲੱਗੀ ਇਤਨੇ ਨਾਲ ਅੱਗ ਤੋਂ ਨਹੀਂ ਬੁੱਝੇਗੀ, ਪਰ ਮੇਰਾ ਨਾਂ ਅੱਗ ਬੁਝਾਉਣ ਵਾਲਿਆਂ ਵਿੱਚ ਆਵੇਗਾ। ਸਾਧ ਸੰਗਤ ਜੀ ਸਾਡੀ ਇਤਨੇ ਨਾਲ ਕਰਨ ਨਾਲ ਸਾਧ ਸੰਗਤ ਜੀ ਸਾਰਾ ਜਲ ਸਵੱਛ ਨਹੀਂ ਹੋ ਜਾਵੇਗਾ, ਪਰ ਪੈਗਾਮ ਜ਼ਰੂਰ ਹੋਵੇਗਾ ਕਿ ਇਹ ਕੰਮ ਕਰਨਾ ਹੈ। ਅਸੀਂ ਇਸ ਵਿੱਚ ਸਾਧ ਸੰਗਤ ਜੀ ਸ਼ਾਮਿਲ ਹਾਂ, ਤੋ ਅਸੀਂ ਸਾਧ ਸੰਗਤ ਜੀ ਸਵੱਛ ਜਲ ਰੱਖਣ ਵਿੱਚ ਸਾਡਾ ਨਾਂ ਆਵੇਗਾ ਕਿ ਨਿਰੰਕਾਰੀ ਮਿਸ਼ਨ ਨੇ ਇਹ ਕਾਰਜ ਕੀਤਾ। ਸਾਧ ਸੰਗਤ ਜੀ ਕਾਰਜ ਕੀਤਾ, ਨਾਲ ਸੰਸਾਰ ਨੂੰ ਪੈਗਾਮ ਦਿੱਤਾ ਕਿ ਇਹ ਕੰਮ ਕਰਨਾ ਹੈ ਕੁਝ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਧ ਸੰਗਤ ਜੀ ਇਸਦਾ ਆਨੰਦ ਮਾਣਨ, ਖੁਸ਼ੀਆਂ ਮਾਣਨ। ਪੁਰਾਤਨ ਸਮਿਆਂ ਦੀ ਗੱਲ ਕਰਦੇ ਹਾਂ,
ਬਜ਼ੁਰਗਾਂ ਨੇ ਬ੍ਰੇਕ ਲਗਾਏ, ਇਤਨਾ ਕੁਝ ਕੀਤਾ। ਸਤਸੰਗ ਜੀ ਕਿਤੇ ਉਹਨਾਂ ਨੇ ਫਲ ਥੋੜ੍ਹਾ ਖਾਣੇ ਸੀ, ਸਾਡੇ ਵਾਸਤੇ ਲਾ ਕੇ ਗਏ। ਅਸੀਂ ਵੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਐਸੇ ਕੰਮ ਕਰਨੇ ਹਨ, ਬ੍ਰੇਕ ਲਗਾਉਣੇ ਹਨ, ਸਤਸੰਗ ਜੀ ਬਲੱਡ ਕੈਂਪ ਲੱਗਦੇ ਹਨ। ਇਹ ਕੰਮ ਨਿਰੰਤਰ ਸੰਸਾਰ ਦੇ ਕਾਰੇ ਨੰਗਾਰੀ ਮਿਸ਼ਨ ਵਾਲੇ ਕਰਦੇ ਹਨ, ਕਰਦੇ ਰਹਿਣਾ ਹੈ ਤਾਂ ਜੋ ਸਤਸੰਗ ਜੀ ਆਉਣ ਵਾਲੀ ਜਨਰੇਸ਼ਨ ਹੈ ਸਤਸੰਗ ਜੀ ਇਹ ਕੰਮ ਉਹਦਾ ਆਨੰਦ ਮਾਣੇ, ਮੌਜਾਂ ਮਾਣਨ। ਸਤਸੰਗ ਜੀ ਸਮਾਂ ਵੀ ਕਾਫੀ ਹੋ ਗਿਆ, ਅਰਦਾਸ ਕਾਮਨਾ ਹੈ ਕਿ ਸਤਿਗੁਰ ਮਾਤਾ ਜੀ ਕਿਰਪਾ ਕਰਨਾ, ਜਿਤਨੇ ਵੀ ਸਹਿਯੋਗ ਦੇਣ ਵਾਲੇ ਹਨ ਇਹਨਾਂ ਵਾਸਤੇ ਵੀ ਅਰਦਾਸ ਹੈ, ਜਿਤਨੇ ਸਤਸੰਗ ਦੇ ਮੈਂਬਰ ਹੈ ਇਹਨਾਂ ਵਾਸਤੇ ਵੀ, ਸੇਵਾਦਾਰ ਵਾਸਤੇ ਵੀ ਮੈਂਬਰ ਹੈ, ਮੈਂਬਰਾਂ ਵਾਸਤੇ ਅਰਦਾਸ ਹੈ ਕਿ ਸਤਿਗੁਰ ਮਾਤਾ ਜੀ ਕਿਰਪਾ ਕਰਨਾ, ਤਨ ਮਨ ਧਨ ਦੇ ਸੁੱਖ ਸਾਰੇ ਇਹਨਾਂ ਦੀ ਝੋਲੀ ਵਿੱਚ ਪਾ ਕੇ ਰੱਖਣਾ। ਅਸੀਂ ਅਰਦਾਸ, ਅਸੀਂ ਕਾਮਨਾ ਸਤਸੰਗ ਦੇ ਧੰਨ ਆਸ਼ੀਰਵਾਦ ਤੋਂ ਬਾਅਦ ਸਾਧ ਸੰਗਤ ਇਸ ਹਰੇ ਮੁਸ਼ਕਿਲੇ ਦਾ ਹੱਲ ਸਤਿਗੁਰੂ ਹੈ, ਹਰੇ ਮੁਸ਼ਕਿਲੇ ਦਾ ਹੱਲ ਸਤਿਗੁਰੂ ਹੈ, ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ, ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ, ਹਰੇ ਮੁਸ਼ਕਿਲ ਦਾ ਹੱਲ ਸਤਿਗੁਰੂ ਹੈ, ਹਰੇ ਮੁਸ਼ਕਿਲ ਦਾ ਹੱਲ ਸਤਿਗੁਰੂ ਹੈ, ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ, ਹਰੇ ਮੁਸ਼ਕਿਲ ਦਾ ਸਿੱਖ ਗੁਰੂ ਦਾ ਫੜੇ ਦਾ ਜੋ ਪੱਲਾ, ਪਹਿਰੇਦਾਰ ਵਾਂਗ ਉਹਦਾ ਪਹਿਰਾ ਦੇਵੇ ਅੱਲਾ, ਗੁਰ ਸਿੱਖ ਗੁਰੂ ਦਾ ਫੜੇ ਦਾ ਜੋ ਪੱਲਾ, ਪਹਿਰੇਦਾਰ ਵਾਂਗ ਉਹਦਾ ਪਹਿਰਾ ਦੇਵੇ ਅੱਲਾ, ਭਗਤਾਂ ਦਾ ਰਾਖਾ ਹਰ ਪਲ ਸਤਿਗੁਰੂ ਹੈ, ਭਗਤਾਂ ਦਾ ਰਾਖਾ ਹਰ ਪਲ ਸਤਿਗੁਰੂ ਹੈ, ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ, ਹਰੇ ਮੁਸ਼ਕਿਲ ਦਾ ਹੱਲ ਸਤਿਗੁਰੂ ਹੈ, ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ, ਹਰੇ ਮੁਸ਼ਕਿਲ ਦਾ ਆਪ ਹੀ ਸਮੇਟਦਾ ਆਪੇ ਖੇਡ ਪਾਵੇ, ਅਸੀਂ ਨਾਦਾਨ ਸਾਨੂੰ ਸਮਝ ਨਾ ਆਵੇ, ਆਪ ਹੀ ਸਮੇਟਦਾ
ਆਪੇ ਖੇਡਾ ਪਾਵੇ ਅਸੀਂ ਨਾ ਦਾਨ ਸਾਨੂੰ ਸਮਝ ਨਾ ਆਵੇ ਜਲ ਸਤਿਗੁਰੂ ਹੈ ਥਲ ਸਤਿਗੁਰੂ ਹੈ ਜਲ ਸਤਿਗੁਰੂ ਹੈ ਥਲ ਸਤਿਗੁਰੂ ਹੈ ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ ਹਰ ਮੁਸ਼ਕਿਲ ਦਾ ਹੱਲ ਸਤਿਗੁਰੂ ਹੈ ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ ਹਰ ਮੁਸ਼ਕਿਲ ਦਾ ਦੇ ਹੁਕਮ ਨਾਲ ਕੰਮ ਹੋਣ ਸਾਰੇ ਇਸ ਦੀ ਰਜ਼ਾ ਬਿਨ ਕੌਣ ਹੈ ਜੋ ਮਾਰੇ ਇਸ ਦੇ ਹੁਕਮ ਨਾਲ ਕੰਮ ਹੋਣ ਸਾਰੇ ਇਸ ਦੀ ਰਜ਼ਾ ਬਿਨ ਕੌਣ ਹੈ ਜੋ ਮਾਰੇ ਹੋਣ ਵਾਲੀ ਜਾਣੇ ਹਰ ਗੱਲ ਸਤਿਗੁਰੂ ਹੈ ਹੋਣ ਵਾਲੀ ਜਾਣੇ ਹਰ ਗੱਲ ਸਤਿਗੁਰੂ ਹੈ ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ ਹਰ ਮੁਸ਼ਕਿਲ ਦਾ ਹੱਲ ਸਤਿਗੁਰੂ ਹੈ ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ ਹਰ ਮੁਸ਼ਕਿਲ ਦਾ ਸਤਿਗੁਰੂ ਹੈ ਅੰਥਕ ਡਰੇ ਕਿਉਂ ਜਿਦਾ ਸਤਿਗੁਰੂ ਹੈ ਕਿਸ਼ਤੀ ਕਿਨਾਰਾ ਮਲਾ ਸਤਿਗੁਰੂ ਹੈ ਅੰਥਕ ਡਰੇ ਕਿਉਂ ਜਿਦਾ ਸਤਿਗੁਰੂ ਹੈ ਸਾਗਰ ਹੈ ਸਤਿਗੁਰ ਛਲ ਸਤਿਗੁਰੂ ਹੈ ਸਾਗਰ ਹੈ ਸਤਿਗੁਰ ਛਲ ਸਤਿਗੁਰੂ ਹੈ ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ ਹਰ ਮੁਸ਼ਕਿਲ ਦਾ ਹੱਲ ਸਤਿਗੁਰੂ ਹੈ ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ ਹਰ ਮੁਸ਼ਕਿਲ ਦਾ ਹੱਲ ਸਤਿਗੁਰੂ ਹੈ ਕੱਲ ਵੀ ਸਤਿਗੁਰੂ ਸੀ ਅੱਜ ਵੀ ਸਤਿਗੁਰੂ ਹੈ ਹਰ ਮੁਸ਼ਕਿਲ ਦਾ
ਭਗਤਾਂ ਦੀ ਚੋਲੀਆਂ ਪਰਦੇ ਦੀਨ ਦਿਆਲ ਦੀਨ ਦਿਆਲ ਦੀਨ ਦਿਆਲ ਦੀਨ ਦਿਆਲ ਦੇ ਤੂੰ ਦੁੱਖ ਭੁੱਖ ਅਤੇ ਪਰੇਸ਼ਾਨੀਆਂ ਪਲ ਪਲ ਕਰਦਾ ਰਵੀ ਦਾਤਾ ਮਿਹਰਬਾਨੀਆਂ ਕੱਟ ਦੇ ਤੂੰ ਦੁੱਖ ਭੁੱਖ ਅਤੇ ਪਰੇਸ਼ਾਨੀਆਂ ਪਲ ਪਲ ਕਰਦਾ ਰਵੀ ਦਾਤਾ ਮਿਹਰਬਾਨੀਆਂ ਤੂੰ ਆਪਣੇ ਭਗਤਾਂ ਦੀ ਚੋਲੀਆਂ ਪਰਦੇ ਦੀਨ ਦਿਆ ਦੀਨ ਦਿਆ ਦੀਨ ਦਿਆ ਦੀਨ ਦਿਆ ਤੇਰੇ ਹੱਥ ਡੋਰ ਮੇਰੀ ਤੇਰੇ ਹੱਥ ਰਾਜ ਮੇਰਾ ਇਸ ਦੁਨੀਆ ਤੇ ਕੌਣ ਤੇਰੇ ਬਾਜ ਤੇਰੇ ਹੱਥ ਡੋਰ ਮੇਰੀ ਤੇਰੇ ਹੱਥ ਰਾਜ ਤੂੰ ਆਪਣੇ ਭਗਤਾਂ ਦੀ ਚੋਲੀਆਂ ਪਰਦੇ ਦੀਨ ਦਿਆ ਦੀਨ ਦਿਆ ਦੀਨ ਦਿਆ ਦੀਨ ਦਿਆ ਸਬਰ ਸੰਤੋਖ ਦੇ ਫਿਰ ਬਖਸ਼ ਦੇ ਤੂੰ ਸੁਖ ਲੋਕ ਪਰ ਰੋਕ ਦੇ ਸਾਨੂੰ ਮਿਹਰਬਾਨ ਪਹਿਲਾਂ
ਸਬਰ ਸੰਤੋਖ ਦੇ ਫਿਰ ਬਖਸ਼ ਦੇ ਤੂੰ ਸੁਖ ਲੋਕ ਪਰਲੋਕ ਦੇ ਤੂੰ ਆਪਣੇ ਭਗਤਾਂ ਦੀ ਚੋਲੀਆਂ ਪਰ ਦੇ ਬਿਨ ਦਿਆ ਬਿਨ ਦਿਆ ਬਿਨ ਦਿਆ ਦੇਣਾ ਦੇ ਦੇ ਦਾਤਾ ਤੈਨੂੰ ਕੋਈ ਥੋੜ ਨਹੀਂ ਅਸੀਂ ਨਹੀਂ ਉਹ ਕਹਿੰਦੇ ਦਾਤਾ ਸਾਨੂੰ ਕੁਝ ਲੋੜ ਨਹੀਂ ਜੋ ਵੀ ਦੇਣਾ ਦੇ ਦੇ ਦਾਤਾ ਤੈਨੂੰ ਕੋਈ ਥੋੜ ਨਹੀਂ ਤੂੰ ਆਪਣੇ ਭਗਤਾਂ ਦੀ ਚੋਲੀਆਂ ਪਰ ਦੇ ਦੀਨ ਦਿਆ ਦੀਨ ਦਿਆ ਦੀਨ ਦਿਆ ਦੀਨ ਦਿਆ ਖੁਸ਼ੀਆਂ ਦੇ ਨਾਲ ਆਪਣਾ ਧਿਆਨ ਵੀ ਦੇ ਦੇ ਅਮਰ ਸੇਵਕ ਨੂੰ ਐਸਾ ਵਰਦਾਨ ਦੇ ਦੇ ਖੁਸ਼ੀਆਂ ਦੇ ਨਾਲ ਆਪਣਾ ਧਿਆਨ ਵੀ ਦੇ ਦੇ ਤੂੰ ਆਪਣੇ ਭਗਤਾਂ ਦੀ ਚੋਲੀਆਂ ਪਰ ਦੇ ਦੀਨ ਦਿਆਲ ਦੀਨ ਦਿਆਲ ਦੀਨ ਦਿਆਲ ਦੀਨ ਦਿਆਲ ਤੂੰ ਆਪਣੇ ਭਗਤਾਂ ਦੀ ਚੋਲੀਆਂ ਪਰ ਦੇ ਦੀਨ ਦਿਆਲ ਪਗਤਾਂ ਦੀ ਚੋਲੀਆਂ ਪਰ ਦੇ ਦੀਨ ਦਿਆਲ ਦੀਨ ਦਿਆਲ ਦੀਨ ਦਿਆਲ ਦੀਨ ਦਿਆਲ
ਮੇਰੀ ਤੋੜਨੀ ਵੇ।